ਯਾਰ ਕਸਮ ਹੈ ਮਲਕ ਕੈਸਰਾਜ ਤੋਂ ਮਿਸ ਕੀਤਾ ਹੈ ਉਹ ਪਠਾਨ ਨੂੰ। ਮੈਂ ਸਾਰੀ ਗੱਲ ਸੁਣੀ ਉਸਦੀ। ਆਏ 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 ਛੋੜਨਾ ਹੀ ਨਹੀਂ ਹੈ ਰਾਜਾ ਸਾਹਿਬ। ਤੇ ਬਾਅਦ ਚ ਐਂਡ ਤੇ ਬਿੱਲੀ ਥੱਲੇ ਤੋਂ ਬਾਹਰ ਲਿਆਂਦੀ ਹੈ ਜਾਂ ਨਹੀਂ ਅਸੀਂ? ਨਹੀਂ ਉਹ ਮੇਰੇ ਖਿਆਲ ਉਹ ਬਿਲਕੁਲ ਨਹੀਂ ਪਹਿਲੀ ਜਿਲੇ ਸਾਰਿਆਂ ਤੋਂ ਫੇਵਰੇਟ ਤੇਰੀ ਗੱਲ ਜਿਲੇ ਮੌਲਵੀ ਅਬਦੁਲ ਲਤੀਫ ਦਾ ਨਾਂ ਲਿਆ ਤਾਂ ਅੱਗੋਂ ਕੀ ਕਹਿੰਦਾ ਬਾਕੀ ਮੇਰੇ ਖਿਆਲ ਥੋੜਾ ਜਿਹਾ ਝੂਠ ਬੋਲ ਗਿਆ ਕਿ ਮੇਰੀ 50% ਹੈ। ਮੇਰੇ ਖਿਆਲ ਉਹ ਫੁੱਲ ਹੀ ਹੈ ਤਕਰੀਬਨ ਸਾਰਾ ਐਂਡੀ ਅਸਲ ਪਤਾ ਕੀ ਮਸਲਾ ਹੈ ਉਸ ਟਾਈਮ ਨਾ ਮੈਂ ਹੀ ਇਕੱਲਾ ਸੀ ਹਾਂ ਕਸ਼ਮੀਰੀ ਜਿਸ ਟਾਈਮ ਉਹ ਆਇਆ ਨਾ ਉਸ ਟਾਈਮ ਮੈਂ ਜਮਾਤ ਨੂੰ ਅੱਗੇ ਮੈਂ ਜਮਾਤ ਨੂੰ ਅੱਗੇ ਲਾਏ ਸੀ ਨਾ ਮੈਂ ਇਕੱਲੇ ਜਮਾਤ ਨੂੰ ਅੱਗੇ ਲਾਇਆ ਸੀ ਨਾ ਤੇ ਉਹਨੇ ਆ ਕੇ ਤੱਕਿਆ ਇਹ ਬੰਦਾ ਜਿਹੜਾ ਸਿਰੇ ਜਮਾਤ ਦੀ ਮੁਹਾਲਫਤ ਕਰ ਰਿਹਾ ਹੈ ਬਾਕੀ ਸਾਰੇ ਜਿਹੜੇ ਨੇ ਜਮਾਤ ਦੀ ਹਮਾਇਤ ਵਿੱਚ ਨੇ। ਨਹੀਂ ਮੈਂ ਫੜੋ ਯਾਰ ਮੈਂ ਕਸਮਾਂ ਵੀ ਚਾਹੀਆਂ ਨੇ ਮੈਂ ਕਿ ਬੰਦੇ ਗਾਲ ਕਦੀ ਵੀ ਨਹੀਂ ਦਿੱਤੀ ਮਾਂ ਭੈਣ ਦੀ ਨਾ ਰਾਜਾ ਦੇਣਾ ਨਾ ਇਸ ਯੂਸਫੀ ਦੇਣਾ ਬਾਕੀ ਅਸੀਂ ਸਾਰੇ ਕੱਢਦੇ ਹਾਂ ਗਾਲਾਂ ਲੇਕਿਨ ਇਹਨੇ ਗਾਲ ਲਿਖੀ ਨਹੀਂ ਕਦੇ ਕੀਤੀ ਨਹੀਂ ਲੇਕਿਨ ਉਹ ਮੈਂ ਸਮਝ ਗਿਆ ਫਿਰ ਉਸ ਨੂੰ ਗੁੱਸਾ ਸੀ ਕਿ ਬਈ ਜਮਾਤ ਦੇ ਬਾਰੇ ਚ ਕਿਉਂ ਗਲਤ ਲਿਖ ਰਿਹਾ। ਨਹੀਂ ਉਹਨੂੰ ਗੁੱਸਾ ਆਇਆ ਸੀ ਜਮਾਤ ਦੇ ਬਾਰੇ ਗਲਤ ਗੱਲਾਂ ਕਿਉਂ ਕਰ ਰਿਹਾ ਕੋਈ ਨਾ ਲਿਖ ਰਿਹਾ ਜਾਂ ਕਰ ਰਿਹਾ ਤੇ ਮੈਂ ਸਮਝ ਗਿਆ ਨਾ ਕਹਿੰਦਾ ਇਸਕੋ ਮੈਂ ਕਭੀ ਮਾਫ ਨਹੀਂ ਕਰੂੰਗਾ। ਇਹਨਾਂ ਦੀ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਨਾ ਯਕੀਨ ਕਰੋ ਮਿਰਜ਼ਾ ਸਾਹਿਬ ਦੂਸਰਾ ਜਨਮ ਲੈ ਕੇ ਆਏ ਨੇ ਕਿਉਂਕਿ ਜਮਾਤ ਵਿਗੜ ਗਈ ਹੈ ਜਮਾਤ ਗਾਲਾਂ ਕੱਢਣ ਲੱਗ ਪਈ ਹੈ ਤੇ ਫਿਰ ਮਸਲਾ ਮਿਰਜ਼ਾ ਬਹੁਤ ਜ਼ਰੂਰੀ ਸੀ। ਹਾਂਜੀ ਜਿਵੇਂ ਦੀ ਸ਼ਕਲ ਵਿੱਚ ਜ਼ਾਹਰੀ ਗੱਲ ਹੈ ਜਮਾਤ ਦਾ ਹੀ ਤਾਂ ਮੌਕਫ ਹੈ ਨਾ ਕਿ ਉਮਤ ਵਿਗੜ ਗਈ ਸੀ ਨਾਊਜ਼ ਬਿੱਲਾ ਗਾਲਾਂ ਤੇ ਕੱਢਣ ਲੱਗ ਪਈ ਸੀ ਤੇ ਸ਼ਿਰਕ ਕਰਨ ਲੱਗ ਪਈ ਸੀ ਤੇ ਮਿਰਜ਼ਾ ਸਾਹਿਬ ਫਿਰ ਮਸੀਲ ਬਣ ਕੇ ਆਏ ਦੁਬਾਰਾ ਜਨਮ ਹੋਇਆ ਨਾਊਜ਼ ਬਿੱਲਾ ਮਿਨ ਜ਼ਾਲਿਕ। ਤੇ ਹੁਣ ਫਿਰ ਇਹ ਵੀ ਜਮਾਤ ਵਿਗੜ ਗਈ ਹੈ ਗਾਲਾਂ ਵੀ ਕੱਢਦੀ ਹੈ ਤੇ ਸ਼ਿਰਕ ਕਰਦੀ ਹੈ ਪੀ ਹੁਣ ਮਸੀਲੇ ਮਿਰਜ਼ਾ ਤੇ ਫਿਰ ਆਵਣਾ ਨਹੀਂ ਕਿਸੇ ਨੇ ਫਿਰ ਉਹ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਕ੍ਰਿਸ਼ਨਾ ਦੀ ਸ਼ਕਲ ਮੇ ਆਏ ਹੈ ਮੈਨੂੰ ਅਸੀਂ ਆ ਰਹੀ ਹੈ ਕਿ ਮਿਰਜ਼ਾ ਸਾਹਿਬ ਨੇ ਇਹ ਵੀ ਦਾਵਾ ਕੀਤਾ ਦਾ ਮਿਰਜ਼ੇ ਨੇ ਕਿ ਮੈਂ ਗੁਰੂ ਨਾਨਕ ਵੀ ਹੈ ਦਾਵਾ ਯਾਰ ਉਹ ਮੇਰੇ ਜ਼ਿਹਨ 'ਚ ਅਚਾਨਕ ਆਈ ਹੈ ਮੈਂ ਹੋ ਸਕਦਾ ਝੂਠ ਹੋਵੇ ਮੈਂ ਆਪਣੇ ਨਾਲ ਗੱਲ ਬਣਾ ਕੇ ਮਾਰੀ ਹੈ ਮੈਂ ਸੈਣੀ ਸਾਹਿਬ ਹੋ ਸਕਦਾ ਮੈਨੂੰ ਇਹ ਕੋਈ ਗਲਤ ਲੱਗਿਆ ਹੈ ਕਿ ਮਿਰਜ਼ਾ ਸਾਹਿਬ ਦਾ ਬਾਬਾ ਗੁਰੂ ਨਾਨਕ ਹੋਣੇ ਦਾ ਵੀ ਦਾਅਵਾ ਹੈ ਸੈਣੀ ਸਾਹਿਬ ਕਹਿੰਦੇ ਨੇ ਆਹੋ ਆਇਆ ਹੈ ਮੈਂ ਲੋ ਸੈਣੀ ਸਾਹਿਬ ਕਹਿੰਦੇ ਨੇ ਬਾਬੇ ਗੁਰੂ ਨਾਨਕ ਨੇ ਪੇਸ਼ਗੋਈ ਕੀਤੀ ਸੀ ਕਿ ਪਟਿਆਲਾ ਦੇ ਵਿੱਚ ਇੱਕ ਹੋਰ ਜੱਟ ਆਵੇਗਾ ਮੇਰੇ ਹਾਰ ਦਾ ਨਾ ਮੇਰੀ ਮਸੀਲ ਦਾ ਉਹ ਮਿਰਜ਼ਾ ਸਾਹਿਬ ਨੂੰ ਕਿਤੇ ਪਤਾ ਲੱਗਾ ਮਿਰਜ਼ਾ ਸਾਹਿਬ ਨੇ ਕਹਿੰਦਾ ਮੈਂ ਹਾਂ ਕਹਿੰਦਾ ਮੈਂ ਹੀ ਹਾਂ ਜਿੱਥੇ ਨੂੰ ਪਤਾ ਲੱਗਦਾ ਸ਼ੁਕਰ ਹੈ ਉਸ ਦੌਰ ਵਿੱਚ ਨਾ ਐ ਸੁਪਰਮੈਨ ਤੇ ਸਪਾਈਡਰਮੈਨ ਨਹੀਂ ਸੀ ਆਇਆ ਵਰਨਾ ਮਿਰਜ਼ਾ ਸਾਹਿਬ ਨੇ ਕਹਿਣਾ ਸੀ ਵੀ ਮੈਂ ਹੀ ਹਾਂ ਨਹੀਂ ਤਾਕਤਾਂ ਤਾਂ ਰੱਖਦੇ ਸਨ ਮਿਰਜ਼ਾ ਸਾਹਿਬ ਇਹਨਾਂ ਦੇ ਸਾਹਿਬ ਕੋ ਬੜੀਆਂ ਸ਼ਕਤੀਆਂ ਆਈਆਂ ਇਹਨਾਂ ਦੀ ਤੁਸੀਂ ਨਹੀਂ ਬੜੀਆਂ ਬੜੀਆਂ ਤਾਕਤਾਂ ਸਨ ਇੱਕ ਉਹ ਪਠਾਨ ਜਿਹੜਾ ਸੈਣੀ ਸਾਹਿਬ ਦੀ ਲਾਈਫ ਤੇ ਆਂਦਾ ਹੈ ਇੱਕ ਇਹ ਪਠਾਨ ਜਿਹੜਾ ਅੱਜ ਆਇਆ ਹੈ ਇੱਕ ਤਲਤ ਮਲਕ ਸਾਹਿਬ ਮਿਰਜ਼ਾ ਸਾਹਿਬ ਆਪਣੀ ਅੱਖ ਦੇ ਨਾਲ ਨਾ ਗਲਾਸ ਵੀ ਤਰੋੜ ਦਿੰਦੇ ਹੁੰਦੇ ਸਨ ਉਹ ਕਿਵੇਂ ਵਾ ਇਹ ਤੇ ਪਠਾਨ ਨਹੀਂ ਸੀ ਹੈਗਾ ਇਹ ਤੇ ਐਕਟਿੰਗ ਕਰ ਰਿਹਾ ਸੀ ਪਠਾਨਾ ਤਰ੍ਹਾਂ ਬੋਲਣ ਦੀ ਇਹ ਪਠਾਨ ਨਹੀਂ ਸੀ ਆ ਉਹ ਇਸ ਤਰ੍ਹਾਂ ਆ ਕਿ ਉਹ ਛੱਤੀ ਉੱਤੇ ਜਾਂ ਕਿਸੇ ਉੱਚੀ ਜਗ੍ਹਾ ਤੇ ਪਿਆ ਹੁੰਦਾ ਸੀ ਗਲਾਸ ਤੇ ਮਿਰਜ਼ਾ ਸਾਹਿਬ ਜਾ ਕੇ ਉਹਨੂੰ ਅੱਖ ਮਾਰਦੇ ਸਾਨੂੰ ਗਲਾਸ ਟੈਂਦਾ ਸੀ ਤੇ ਗਲਾਸ ਟੁੱਟ ਜਾਂਦਾ ਨਹੀਂ ਮੈਨੂੰ ਕਹਿਣ ਲੱਗਾ ਸੀ ਸਾਡੇ ਹੀ ਮੁਲਕ ਵਿੱਚ ਬਹਿ ਕੇ ਸਾਡੇ ਹੀ ਬੰਦਿਆਂ ਧਮਕੀਆਂ ਵੀ ਦੇ ਰਹੇ ਅੱਛਾ ਆਪਣਾ ਨਾ ਰਾਜਾ ਸਾਹਿਬ ਤੁਸੀਂ ਤਾਂ ਜਾਣਦੇ ਹੋਣੇ ਪਿੰਡਾਂ ਵਿੱਚ ਸਾਈਕਲ ਲੱਗਦਾ ਹੁੰਦਾ ਸੀ ਉਹ ਬੰਦਾ 14-14 ਦਿਨ ਸਾਈਕਲ ਤੋਂ ਲਹਿੰਦਾ ਨਹੀਂ ਸੀ 14 ਦਿਨ ਸਾਈਕਲ ਦੇ ਉੱਤੇ ਰਹਿੰਦਾ ਸੀ ਆਹੋ 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 ਸ਼ਹਿਜ਼ਾਦ ਪੱਕੂ ਸ਼ਹਿਜ਼ਾਦ ਜਿਹੜਾ 14 ਦਿਨ ਸਾਈਕਲ 'ਤੇ ਰਹੇਗਾ
ਹਾਂ ਪੱਪੂ ਸ਼ਹਿਦਾਦ ਮਿਰਜ਼ਾ ਸਾਹਿਬ ਉਸ ਦੌਰ ਚ ਨਹੀਂ ਸੁਣਾਇਆ, ਨਹੀਂ ਤਾਂ ਮਿਰਜ਼ਾ ਸਾਹਿਬ ਕਹਿਣਾ ਸੀ ਇਹ ਵੀ ਮੈਂ ਹੀ ਹਾਂ ਯਾਰ ਕੀ ਕਰਦੇ, ਕੋਈ ਦੁਨੀਆ ਦਾ ਬੰਦਾ ਛੱਡਿਆ ਨਹੀਂ ਜਿਹਦਾ ਦਾਵਾ ਨਾ ਕੀਤਾ ਹੋਵੇ। ਤੋਬਾ ਤੋਬਾ ਤੋਬਾ, ਮੈਸੀ ਦਾ ਦਾਵਾ ਨਹੀਂ ਕੀਤਾ ਉਹਨੇ, ਉਹਨੇ ਇਹ ਨਹੀਂ ਕਿਹਾ ਮੈਂ ਮੈਸੀ ਹਾਂ। ਤੁਸੀਂ ਬਹੁਤ ਬੜੀ ਗਾਲ ਕੱਢ ਦਿੱਤੀ ਹੈ, ਮਵੇਸ਼ੀ ਆਉਣ ਦਾ ਦਾਵਾ ਕਦੇ ਵੀ ਨਹੀਂ ਕੀਤਾ। ਸਾਕੀ ਆ ਗਿਆ ਉੱਤੇ, ਤੁਹਾਨੂੰ ਪੁੱਛ ਲੈਂਦਾ ਇਸ ਤੋਂ ਬਚਾਓ ਯਾਰ, ਮਰਿੰਦਾ ਬੰਦੇ ਨੂੰ। ਅੱਛਾ ਸਾਕੀ ਉਹਦੇ ਨਾਲ ਵੈਸੇ ਉਂਗਲਾਂ ਪਤਾ ਕਿਉਂ ਲੈ ਰਿਹਾ ਸੀ? ਸਾਕੀ ਨੂੰ ਇਹ ਸਮਝ ਰਿਹਾ ਸੀ ਕਿ ਕੋਈ ਵਾਕੀ ਗੈਰ ਐਮਦੀ ਹੈ, ਉਹ ਬਾਜੀ ਲੈ ਐਮਦੀ ਨਿਕਲਿਆ ਤੇ ਕਹਿੰਦਾ ਹੈਲੋ ਸਾਂਭੋ। ਸਾਕੀ ਨੂੰ ਥੱਲੇ ਜੇੜ ਰਿਹਾ ਸੀ ਕਮੈਂਟਾਂ ਵਿੱਚ, ਉਹਨੂੰ ਕਹਿੰਦਾ ਹੁਣ ਮਰ ਜਾ। ਬਾਜੀ ਨੂੰ ਕਹਿੰਦਾ ਤੈਨੂੰ ਮੈਂ ਪਹਾੜ ਵਿੱਚ ਦਫ਼ਨ ਕਰ ਦਿਆਂਗਾ, ਕਹਿੰਦਾ ਜੀ ਮੈਂ ਰਾਕਟ ਲਾਂਚਰ ਮਾਰਨਾ। ਪਾਕਿਸਤਾਨ ਹੀ ਚਾਹੇ ਨਾ ਥੋੜੀ ਜਿਹੀ ਰਿਕਾਰਡਿੰਗ ਕਰਕੇ ਐਫਆਈਏ ਦੇ ਵਿੱਚ ਆਪਣੇ ਦੋਸਤ ਯਾਰ ਨੇ ਉਹਨੂੰ ਪਤਾ ਦੇਵੇ ਨਾ ਤੇ ਇਹਨੂੰ ਟੁੰਕ ਰੱਖ ਦੇਣ 2 ਮਿੰਟ। ਉਹਨੇ ਕੈਮਰੇ ਨਹੀਂ ਨਾ ਆਨ ਕੀਤਾ, ਜੇ ਕੈਮਰਾ ਆਨ ਕਰਦਾ ਫੇਰ ਕੁਝ ਹੱਲ ਕਰ ਲੈਣਾ ਸੀ। ਅੱਗੋ ਸਾਰੇ ਮਿਰਜ਼ਾਈ ਆਖਣ ਲੱਗ ਗਏ ਨਹੀਂ 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 ਕੈਮਰਾ ਆਨ ਨਹੀਂ ਕਰਨਾ। ਨਹੀਂ ਕੈਮਰਾ ਉਹਦੇ ਕੋਲ ਖੁੱਲਦਾ ਹੀ ਨਹੀਂ, ਉਹ ਕਰ ਪਠਾਨ ਪਾਗਲ ਜੈਸੀ ਕੈਮਰਾ ਖੁੱਲਦਾ ਹੀ ਨਹੀਂ। ਅਲੀਨ ਦੇ ਚੰਦ ਕੁੱਤੇ ਨਾ ਉਹਨਾਂ ਚੋਂ ਇੱਕ ਇਹ ਵੀ ਸ਼ਾਮਲ ਹੋ, ਉਹਨਾਂ ਦੀ ਟੀਮ ਵਿੱਚ ਇਹ ਵੀ ਆ ਗਿਆ। ਕੋਈ ਨੀ ਲੈ ਸਕਦਾ ਤੁਹਾਡੀ ਨੁਸਰਤ ਫਤਿਹ ਅਲੀ ਖਾਨ ਦੀ ਸ਼ਕਲ ਸਾਡੇ ਇੱਕ ਨਾ ਉਹ ਇਹਨੇ ਕਿ ਉਹਨਾਂ ਦੇ ਕੋਈ ਖੁਦਾ ਦੇ ਨਾਲ ਮਿਲਦੀ ਤੇ ਨੁਸਰਤ ਫਤਿਹ ਅਲੀ ਖਾਨ ਉਸ ਦੌਰ ਚ ਹੁੰਦਾ ਮਿਰਜ਼ਾ ਸਾਹਿਬ ਦੇ ਦੌਰ ਚ, ਤੇ ਮਿਰਜ਼ਾ ਸਾਹਿਬ ਕਹਿਣਾ ਸੀ ਮੈਂ ਨੁਸਰਤ ਫਤਿਹ ਅਲੀ ਖਾਨ ਨਹੀਂ। ਤੁਹਾਨੂੰ ਪਤਾ ਨੀ ਬਾਰਿਸ਼ ਹੋਣ ਡਈ ਹੈ, ਲੱਗੀ ਕਿੱਥੇ ਤੈਨੂੰ ਡਿੱਗੀਆਂ ਤੇ? ਲੱਗਦੀ ਨੀ ਹੁਣ ਚੌਧਰੀ, ਪੀਡੀ ਹੋ ਗਈ ਸੱਟ ਤੇ ਲੱਗੀ ਤੇਰੇ ਟੀਟਾਂ ਤੇ ਬਹਿ ਬਹਿ ਕੇ ਨਾ, ਤੇ ਹੁਣ ਪੀਡੀ ਹੋ ਗਈ। ਤੂੰ ਪਠਾਨ ਨੂੰ, ਤੂੰ ਪਠਾਨ ਨੂੰ ਛੇੜ ਰਿਹਾ ਸੀਗਾ ਤੇ ਮੈਂ ਉਹਨੂੰ ਅਗਲੀ ਵਾਰੀ ਆਣਾ ਤੇ ਤੇਰੇ ਪਿੱਛੇ ਲਵਾ ਦੇਣਾ ਪਠਾਨ। ਤੂੰ ਉਹਨੂੰ ਮੇਰੇ ਪਿੱਛੇ ਇੱਕ ਵਾਰੀ ਲਾ ਤੇ ਤੂੰ ਵੇਖੀ ਉਹ ਜਾ ਤੇ ਟਿਕਟੋਕ ਛੱਡ ਜਾਂਦਾ ਤੇ ਜਾਂ ਕਾਲਾ ਤੇ ਆਉਣਾ ਛੱਡ ਜਾਂਦਾ। ਉਹ ਕਹਿੰਦਾ ਮੈਂ ਰਾਕਟ ਲਾਂਚਰ ਹੀ ਮਾਰਨਾ ਸਿੱਧਾ, ਰਾਕਟ ਲਾਂਚਰ ਉਹਨੇ ਮਾਰਨਾ। ਟਾਇਲਟ ਤੋਂ ਬੈਠੇ ਉੱਠਣ ਨਹੀਂ ਹੁੰਦਾ ਤੇ ਬਦਮਾਸ਼ੀਆਂ ਕਰਦੇ ਆ। ਅੱਛਾ ਰਾਜਾ ਜਵੇਦ ਸਾਹਿਬ, ਮੈਂ ਤੁਹਾਨੂੰ ਰਿਮਾਈਂਡਰ ਦੇਣਾ ਸੀ ਜੀ ਸਰ, ਮੈਂ ਵਟਸਐਪ ਤੇ ਤੁਹਾਨੂੰ ਮੈਂ ਇੱਕ ਰਿਕੁਐਸਟ ਪਾਈ ਸੀ, ਉਹ ਜ਼ਰਾ ਮੱਦੇ ਨਜ਼ਰ ਰੱਖਣਾ। ਓ ਯੈਸ 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 ਓਕੇ ਰਾਜਾ ਸਾਹਿਬ। ਸਾਕੀ ਫਰਾਂਸ ਕਦੋਂ ਜਾਣਾ ਹੈ?
ਫਰਾਂਸ? ਹਾਂ ਫਰਾਂਸ ਕਦੋਂ ਜਾਣਾ? ਫਰਾਂਸ ਤੇ ਮੈਂ ਜਾਂਦਾ ਰਹਿੰਦਾ ਵਾ, ਯੂਕੇ ਜਾਣਾ ਮੈਂ 10 ਵਜੇ। ਅੱਛਾ, ਜਦੋਂ ਤੁਸੀਂ ਫਰਾਂਸ ਗਏ ਨਾ ਤੇ ਇੱਕ ਬੰਦੇ ਕੋਲੋਂ ਨਾ ਤੁਸੀਂ ਹੱਥ ਜੋੜ ਕੇ ਮਾਫੀ ਮੰਗ ਕੇ ਆਣੀ, ਉਸ ਬੰਦੇ ਦੇ ਮਾਂ ਪਿਓ ਨੂੰ ਗਾਲਾਂ ਪਈਆਂ ਨੇ। ਹੈ ਕਿਨੂੰ? ਯਾਰ ਉਸ ਬੰਦੇ ਦੇ ਮਾਂ ਪਿਓ ਨੂੰ ਗਾਲਾਂ ਪਈਆਂ ਨੇ, ਔਰ ਗਾਲਾਂ ਵੀ ਬੜੀਆਂ ਬੜੀਆਂ ਬਲੰਗੀਆਂ, ਤੇ ਉਹ ਬੰਦਾ ਵਿਚਾਰਾ ਲੈ ਬੜੇ ਚਿਰ ਪਹਿਲਾਂ ਇੱਕ ਬੰਦੇ ਦੇ ਮਾਂ ਪਿਓ ਨੂੰ ਉਹਨੇ ਗਾਲਾਂ ਕੱਢੀਆਂ ਨੇ, ਔਰ ਉਸ ਬੰਦੇ ਨੂੰ ਵੀ ਗਾਲਾਂ ਪਈਆਂ ਨੇ ਤੇ ਸਾਨੂੰ ਅਜੇ ਤੱਕ ਪੈ ਰਹੀਆਂ ਨੇ। ਉਹ ਨਹੀਂ ਤੇ ਗਾਲਾਂ ਕੋਈ ਪਿਆ ਕੱਢਦਾ, ਮਾਫੀ ਮੈਂ ਮੰਗਾ। ਹੈ ਤੇਰਾ ਵੀ ਦਿਮਾਗ ਠੀਕ ਹੈ ਮਸੀਲੇ ਚੀਮਾ? ਉਹ ਰਾਜ ਸਾਹਿਬ ਇਹਨੂੰ ਦੱਸੋ ਕੋਈ ਅਕਲ ਕਰੇ, ਕੋਈ ਗੋਲੀ ਖਾਏ, ਕੋਈ ਕੈਪਸੂਲ ਲਏ, ਬਈ ਗਾਲਾਂ ਕੋਈ ਪਿਆ ਕੱਢਦਾ ਤੇ ਮਾਫੀ ਮੈਂ ਮੰਗਣ ਟੁਰ ਜਾ। ਨਹੀਂ ਇਹਨਾਂ ਦਾ ਮਤਲਬ ਹੈ ਕਿ ਜਵਾਬ ਤੁਸੀਂ ਦੇ ਕੇ ਆਵੋ ਗਾਲਾਂ ਦਾ। ਅੱਛਾ ਤੁਸੀਂ ਜਵਾਬ ਕਿਹਨੂੰ ਪਈਆਂ ਨੇ ਗਾਲਾਂ? ਗਾਲਾਂ ਕਿਹਨੂੰ ਪਈਆਂ ਨੇ ਯਾਰ? ਰਾਜਾ ਤੈਨੂੰ ਨਹੀਂ ਪਈਆਂ? ਕੋਈ ਨਹੀਂ, ਮੈਂ ਐਡੇ ਦੁੱਖ ਦੀ ਕੋਈ ਜ਼ਰੂਰਤ ਨਹੀਂ, ਸਿਰਫ ਇਹ ਜਿਹੜਾ ਇਹਨੇ ਮੇਰੇ ਕੋ ਮਾਜ਼ਰਤ ਕਰੇ ਚਾ ਬਸ। ਕੌਣ? ਤੂੰ ਰਾਜਾ ਤੂੰ। ਉਹ ਤਾਂ ਮਾੜੇ ਮੈਂ ਮਾਜ਼ਰਤ ਕਿਉਂ ਕਰਾਂ, ਮੈਂ ਕੋ ਕੱਢੀਆਂ ਤੈਨੂੰ? ਤੂੰ ਆ ਚੁਈ ਬੰਦਾ ਜਿਸ ਮਰ ਕੱਢੀਆਂ ਗਾਲਾਂ ਕਿੰਨਾ ਕੱਢੀਆਂ ਨੇ, ਕਿਨੂੰ ਕੱਢੀਆਂ ਨੇ, ਕੋ ਗੱਲ ਸੁਣਾਓ ਤਾਂ ਸਹੀ। ਪਹਿਲੇ ਪਹਿਲੇ ਮੈਨੂੰ ਆਪਣੇ ਅਥਰੂ ਤਾਂ ਪੂਜਣ ਦਿਓ, ਆਂਸੂ ਤਾਂ। ਨਹੀਂ ਕਿੰਨਾ ਕੱਢੀਆਂ ਨੇ ਦੱਸ ਯਾਰ ਕਸਮੇ। ਪਹਿਲੇ ਮਣਾ ਆਸ ਪੂਜਣ ਦਿਓ। ਕਿਹੜੀ ਬਰਾੜ ਸੀ? ਬਰਾੜ ਨਹੀਂ ਰਵਾਨੀ ਖਜ਼ਾਨ ਆਈ। ਓ ਜਾ ਬੜ ਪਰਾਂ ਦਫਾਓ ਯਾਰ, ਆਦੋ ਹੀ ਹੈ ਯਾਰ। ਮਲਕ ਬਰਾੜ ਨਾਰਾ ਨਹੀਂ ਲਾਇਆ ਰਾਜਾ ਸਾਹਿਬ, ਇਹਨੇ ਹੁਣ ਖਾਣੀਆਂ ਦੇ ਜਮਾਤ ਦੀ ਨਾ ਆਹੋ। ਅੱਛਾ ਇਹ ਲਫ਼ਜ਼ ਤੂੰ ਕੱਲ ਮਲਕ ਤੱਲਾ ਤਾਂ ਵੀ ਯੂਜ਼ ਕੀਤੇ ਨੇ? ਮੈਂ ਵੇਖਿਆ, ਮੈਂ ਕਿਹਾ ਵੇਖਾਂ ਤਾਂ ਸਹੀ ਮਲਕ ਤਲਤ ਦੀ ਲਾਈਵ ਆਉਣ, ਮੈਂ ਤੁਰ ਗਿਆ ਉੱਥੇ। ਮੈਂ ਕਿਹਾ ਉੱਧਰ ਤੁਹਾਡਾ ਜਨਾਜ਼ਾ ਅਗਲਿਆ ਰੱਖੇ ਆ, ਤੁਸੀਂ ਇੱਥੇ ਬੈਠੇ ਹੋ। ਹੁਣ ਵਾਲੀਆਂ ਗੱਲਾਂ ਖਤਮ, 2 ਸਾਲ ਹੋ ਗਿਆ ਮੈਂ ਸਿਰ ਖਾਂਦੇ ਆ, ਹੁਣ ਕੋਈ ਨੀ, ਕੱਲ ਫੇਰ ਉਹੀ ਕੰਮ ਸ਼ੁਰੂ ਹੋਏ ਆ। ਯਾਰ ਆਮ ਆਦਮੀ ਸਾਹਿਬ ਸਲਾਮ ਦੁਆ ਕਰ ਲੋ ਰਾਜਾ ਸਾਹਿਬ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਉਹਨਾਂ ਦਾ ਤਾਰਫ ਲੋ। ਗੱਲ ਮੁਕਣੀ ਕਦੋਂ?
ਕਿੱਥੇ ਛੱਡੀ ਸੀ ਆਪਣਾ ਤੁਸੀਂ ਆਮ ਆਦਮੀ ਸਾਹਿਬ? ਉੱਥੇ ਹੀ ਪਤਾ ਨੀ ਮਿਰਜ਼ੇ ਦੀ ਅੰਜ ਤੰਜ ਹੋ ਗਿਆ ਮਿਰਜ਼ੇ ਦੀ, ਉਹ ਕੋਈ ਗੱਲ ਕਿਸੇ ਮਣੇ ਲੱਗਦੀ ਨੀ। ਚਲੋ ਫਿਰ ਤੁਸੀਂ ਜਿਹੜਾ ਨਾ ਤੁਸੀਂ ਹੱਲ ਦੱਸੋ, ਇਹਦਾ ਹੱਲ ਕੀ ਹੈ? ਤੁਸੀਂ ਹੱਲ ਦੱਸੋ ਇਹਦਾ ਕੀ, ਤੁਸੀਂ ਯੂਐਨ ਬਣੋ ਤੇ ਇਹਦਾ ਹੱਲ ਦੱਸੋ ਕੀ ਹੈ, ਹੱਲ ਹੱਲ ਪੇਸ਼ ਕਰੋ ਇਹਦਾ। ਅੱਛਾ, ਮੇਰੇ ਖਿਆਲ ਚ ਥੋੜਾ ਜਿਹਾ ਟੈਕਨੀਕਲ ਹੱਲ ਹੈ। ਮੇਰਾ ਖਿਆਲ ਹੈ ਕਿ ਜਿਹੜਾ ਅਸੀਂ ਇਹ ਕਾਦੀਆਨੀਆਂ ਦੀ ਮਰਜ਼ਈਆਂ ਦੀ ਮੁਖਾਲਫਤ ਕਰਨੇ ਆ ਨਾ ਬਹੁਤ ਜ਼ਿਆਦਾ, ਉਹਦੀ ਉਹ ਚੀਜ਼ ਨੂੰ ਯੂਜ਼ ਕਰਦੇ ਨੇ ਜਿਹੜਾ ਮਿਰਜ਼ਾ ਖਾਨਦਾਨ ਹੈ ਨਾ, ਉਹ ਯੂਜ਼ ਕਰਕੇ ਆਪਣਿਆਂ ਲੋਕਾਂ ਨੂੰ ਮਜ਼ੀਦ ਗੁਲਾਮ ਬਣਾਉਣਾ। ਉਹ ਕਹਿੰਦੇ ਨੇ ਵੇਖੋ ਜੀ ਇਹ ਕਿਤਨੇ ਖਿਲਾਫ਼ ਨੇ ਅਤੇ ਤੁਸੀਂ ਸਾਨੂੰ ਹੋਰ ਚੰਦਾ ਦਿਓ। ਹੈਂ, ਅਗਰ ਅਸੀਂ ਮਾਹੌਲ ਨੂੰ ਨਿਊਟਰਲਾਈਜ਼ ਕਰ ਦਈਏ ਨਾ ਤਾਂ ਇਹ ਉਂਝ ਹੀ ਖਤਮ ਹੋ ਜਾਂਦਾ। ਅਤੇ ਜਿਤਨੀ ਅਸੀਂ ਇਹਨਾਂ ਨੇ ਜਿਤਨਾ ਅਸੀਂ ਇਹਨਾਂ ਨੇ ਦਿੱਕ ਕਰਾਂਦੇ ਨਾ, ਉਤਨਾ ਉਹ ਯੂਜ਼ ਕਰਨ ਦੇ ਸਾਡੀ ਇਸ ਮੁਖਾਲਫਤ ਨੂੰ ਆਪਣੇ ਲੋਕਾਂ ਨੂੰ ਮਜ਼ੀਦ ਗੁਲਾਮ ਬਣਾਉਣ ਵਾਸਤੇ। ਯਾਨੀ ਕਿ ਜਿੱਥੇ ਕੋਈ ਵੀ ਗੱਲ ਹੋਵੇ ਦੀ ਉਹ ਆਖਣ ਦੇ ਹੋਏ 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 ਮੁਸਲਮਾਨ ਜਿਹੜੇ ਨੇ ਉੱਥੇ ਤੁਹਾਨੂੰ ਵੜ ਖਾ ਜਾਣਗੇ, ਹੈ ਨਾ। ਅਤੇ ਇਸ ਵਾਸਤੇ ਲਿਹਾਜ਼ਾ ਤੁਹਾਨੂੰ ਚਾਹੀਦਾ ਕਿ ਤੁਸੀਂ ਜਮਾਤ ਦੇ ਨਿਜ਼ਾਮ ਨਾਲ ਜਿਹੜਾ ਨਾ ਜੁੜੇ ਰਹੋ, ਮਜ਼ੀਦ ਚੰਦੇ ਦਿਓ, ਮਜ਼ੀਦ ਚੰਦੇ ਦਿਓ। ਜਿਤਨੀ ਮੁਖਾਲਫਤ ਉਹਨਾਂ ਦੀ ਵਧੇਗੀ ਨਾ, ਉਹ ਆਮ ਜਿਹੜਾ ਮਰਜ਼ਈ ਉਹਦਾ ਤੋਂ ਖੂਨ ਚੂਸਣ ਦੇ ਨਾ, ਆਮ ਮਰਜ਼ਈ ਦਾ ਖੂਨ ਚੂਸ ਕੇ ਅਤੇ ਉਹ ਵੱਡੇ ਮਗਰਮੱਛ ਬਣਦੇ ਜਾਣਗੇ, ਉਹ ਜਿਹੜਾ ਖਾਨਦਾਨ ਹੈ ਇਹ ਜਿਹੜਾ ਮਿਰਜ਼ਾ ਖਾਨਦਾਨ ਹੈ। ਅਤੇ ਮੇਰਾ ਖਿਆਲ ਹੈ ਕਿ ਇਹ ਜਿਹੜਾ ਨਾ ਉਹ ਯਾਨੀ ਕਿ ਇਸ ਦਵਾਈ ਦਾ ਉਲਟਾ ਥੋੜ੍ਹਾ ਜਿਹਾ ਅਸਰ ਹੋ ਰਿਹਾ, ਮੇਰਾ ਇਹ ਖਿਆਲ ਹੈ। ਅਤੇ ਜੇ ਅਸੀਂ ਪੈਸੇ ਫੜੇ ਆਪਾਂ ਉਹਨਾਂ ਕੋਲੋਂ, ਉਸ ਫੈਮਿਲੀ ਕੋਲੋਂ ਕਿ ਅਸੀਂ ਮੁਹਾਲਫਤ ਕਰਾਂਗੇ, ਤੁਸੀਂ ਇਸ ਮੁਹਾਲਫਤ ਨੂੰ ਯੂਜ਼ ਕਰਕੇ ਬਿਜ਼ਨਸ ਕਰੋ ਤਾਂ ਫਿਰ ਨਹੀਂ ਨਹੀਂ ਇਹ ਤਾਂ ਨਾ ਤਾਂ ਆ ਰੋਣੋ, ਲੇਕਿਨ ਜਿਹੜੀ ਤੁਹਾਡੀ ਗੱਲ ਲਈ ਨਾ ਉਹ ਬਰਾਲ ਪੂਰੇ ਦੇ ਪੂਰੇ ਮੈਂ ਗੱਲ ਕਰ ਰਿਹਾ ਕਿ ਪਾਕਿਸਤਾਨ ਇਸ ਮੁਹਾਲਫਤ ਦੇ ਪੈਸੇ ਲੱਭਦੇ ਹੋਣ ਫਿਰ। ਨਹੀਂ ਨਹੀਂ ਤੁਹਾਨੂੰ ਤਾਂ ਚਲੋ ਲੱਭਦੇ ਹੋਣ ਦੇ, ਫਰਕ ਇੱਕ ਬੰਦੇ ਲੱਭਦੇ ਹੋਣ ਦੇ, 10 ਬੰਦਿਆਂ ਨੂੰ ਲੱਭਦੇ ਹੋਣ ਦੇ, ਲੇਕਿਨ ਪੂਰੇ ਪਾਕਿਸਤਾਨ ਨੂੰ ਤਾਂ ਨਹੀਂ ਨਾ ਲੱਭਦੇ ਪੈਸੇ ਮੁਹਾਲਫਤ ਦੇ। ਨਹੀਂ ਮੁਖਾਲਫਤ ਜਿਹਨੂੰ ਤੁਸੀਂ ਮੁਖਾਲਫਤ ਕਹਿੰਦੇ ਹੋ ਨਾ, ਮਤਲਬ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਟਿਕਟੋਕ ਦੇ ਉੱਤੇ ਅੱਜ, ਵੈਸੇ ਪਹਿਲਾਂ ਮੇਰਾ ਸਵਾਲ ਹੈ ਮੈਨੂੰ ਦੱਸੋ ਕਿੰਨੇ ਦਿਨ ਬਾਅਦ ਆਏ ਹੋ ਤੁਸੀਂ ਟਿਕਟੋਕ ਦੇ ਉੱਤੇ? ਅੱਜ ਇੱਕ ਵਾਰੀ ਅੱਗੇ ਮਹੀਨੇ ਦੋ ਮਹੀਨੇ ਬਾਅਦ ਆਇਆ ਜਾਂ ਅੱਜ ਫਿਰ ਤਕਰੀਬਨ ਕੋਈ ਮਹੀਨਾ ਤਾਂ ਹੋ ਗਿਆ। ਚਲੋ ਐਸੇ ਮਹੀਨੇ ਦਾ ਲਾ ਲਈਏ। ਅਗਰ ਤੁਸੀਂ ਇਹ ਦੇਖੋ ਜਦੋਂ ਤੁਸੀਂ ਮਹੀਨਾ ਨਹੀਂ ਆਏ ਆਪਣੇ ਕੰਮ ਕਾਰ ਦੇ ਵਿੱਚ, ਆਪਣੇ ਬਿਜ਼ਨਸ ਜਾਂ ਜੋਬ ਦੇ ਵਿੱਚ ਬਿਜ਼ੀ ਰਹੇ ਹੋ, ਤਾਂ ਕਿਆ ਤੁਹਾਨੂੰ ਉਦੋਂ ਉਸ ਦੌਰਾਨ ਇਹ ਲੱਗਿਆ ਕਿ ਜੀ ਬੜੀ ਹਾਈਪ ਕ੍ਰੀਏਟ ਹੋਈ ਹੈ, ਹਲਾ ਲਾਲਾ ਹੋ ਰਹੀ ਹੈ, ਫੜ ਲਓ ਹੀ ਪਈ ਹੈ? ਨਹੀਂ ਮੈਂ ਇਹ ਆ ਨਾ ਕਿ ਸਾਨੂੰ ਤਾਂ ਨਹੀਂ ਲੱਗਦਾ ਜੈਸੇ ਅਸੀਂ ਆਪਣੇ ਕੰਮ 'ਚ ਬਿਜ਼ੀ ਹੋ ਜਾਂਦੇ ਹਾਂ, ਲੇਕਿਨ ਉਹ ਜਿਹੜੇ ਜਮਾਤ ਦੇ ਜਿਹੜੇ ਬੰਦੇ ਨੇ ਜਿਹੜੇ ਮਰੱਬੀ ਨੇ ਜਿਹੜਾ ਉਹ ਜਮਾਤ ਦਾ ਨਿਜ਼ਾਮ ਵਾਲੇ ਨਾ, ਉਹ ਯੂਜ਼ ਕਰਦੇ ਰਹਿੰਦੇ ਨਾ ਉਹ ਇਸ ਚੀਜ਼ ਨੂੰ, ਉਹ ਇਸ ਚੀਜ਼ ਨੂੰ ਯੂਜ਼ ਕਰਕੇ ਅਤੇ ਉਹ ਉਹਨਾਂ ਲੋਕਾਂ 'ਚ ਖੌਫ ਔਰ ਆਸ ਹੋਰ ਫੈਲਾ ਕੇ ਉਹਨਾਂ ਨੂੰ ਹੋਰ ਗੁਲਾਮ ਬਣਾਉਣੇ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਨੇ। ਅਸੀਂ ਜੇ ਅਸੀਂ ਚੁੱਪ ਕਰ ਜਾਈਏ ਤਾਂ ਫਿਰ ਸ਼ਾਇਦ ਜਿਹੜਾ ਨਾ ਉਹ ਦੂਜੇ ਜਿਹੜਾ ਆਮ ਕਾਦੀਆਨੀ ਉਹ ਕਹਿੰਦਾ ਨਹੀਂ ਯਾਰ ਸਾਨੂੰ ਤਾਂ ਕੋਈ ਨਹੀਂ ਇਤਨਾ ਤਾਂ ਨਹੀਂ ਕੋਈ ਮਤਲਬ ਇੰਨੀ ਪਈ ਹੈਨੋ, ਅਤੇ ਤੁਸੀਂ ਜਿਹੜਾ ਨਾ ਐਵੇਂ ਸਾਨੂੰ ਡਰਾਈ ਆਉਂਦੇ ਹੋ। ਅਤੇ ਮੇਰਾ ਖਿਆਲ ਇਹ ਖੌਫ ਦਾ ਕਾਰੋਬਾਰ ਉਹ ਕਰ ਰਿਹਾ ਨਾ ਜਿਹਦੇ 'ਚ ਉਹ ਕਾਮਯਾਬ ਹੋ ਰਿਹਾ ਜਿਹੜਾ ਨਾ ਪੈਸੇ ਹੋਰ ਇਕੱਠੇ ਕਰਨੇ 'ਚ। ਅਤੇ ਉਹ ਜਿਸ ਤਰ੍ਹਾਂ ਇੱਕ ਹੁੰਦਾ ਨਾ ਕਲਟ ਜਿਹੜਾ ਹੁੰਦਾ ਉਹ ਬਸ ਇਹਦੇ 'ਚ ਨੁਕਸਾਨ ਕਿੱਦਾਂ ਹੋ ਰਿਹਾ ਸਾਡਾ ਜਾਂ ਉਹਨਾਂ ਦਾ? ਮੇਰਾ ਖਿਆਲ ਹੈ ਅਸੀਂ ਮੈਜੋਰਿਟੀ ਵਿੱਚ ਹਾਂ, ਸਾਨੂੰ ਇਹ ਅਵਾ ਕ੍ਰੀਏਟ ਕਰਨਾ ਉਹਨਾਂ ਵਾਸਤੇ ਫਾਇਦੇਮੰਦ ਹੈ, ਸਾਡੇ ਵਾਸਤੇ ਜਿਹੜਾ ਨਾ ਮਤਲਬ ਕੀ ਨੇ ਕਾਜਾ ਕੁਝ ਵੀ ਨਹੀਂ, ਕਿਤਨੇ ਕਿੰਨੇ ਥੋੜੇ ਜਿਹਾ ਤੇ ਆਉਣਾ। ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਉਹਨਾਂ ਦੀ ਮੁਹਾਲਫਤ ਛੱਡ ਦਈਏ ਤੇ ਇਹ ਚੰਦਾ ਦੇਣਾ ਛੱਡ ਦੇਣਗੇ? ਮੈਨੂੰ ਇੰਝ ਲੱਗਦਾ ਕਿ ਅਸੀਂ ਅਗਰ ਇਹਨਾਂ ਨਿਊਟਰਲਾਈਜ਼ ਕਰ ਦਈਏ ਨਾ ਮੁਹਾਲਫਤ ਨੇ, ਯਾਨੀ ਮਸਲਾ ਨੇ ਅਸਲ ਤਾਂ ਪ੍ਰੋਬਲਮ ਇਹ ਕਿ ਜਿਹੜੇ ਫਰਜ਼ ਕੀਤਾ ਗਵਰਨਮੈਂਟ ਮੌਜੂਦ ਨੇ
ਜੀ ਬਾਰਕ ਵਾਲੇਕੁਮ ਸਲਾਮ ਮੇਰਾ ਸ਼ੁਕਰੀਆ ਅਸਲ ਜੀ ਬੇਟਾ ਬਾਤ ਹੋ ਰਹੀ ਹੈ ਦੋ ਮਿੰਟ ਦੋ ਮਿੰਟ ਸਿੱਧੇ ਮਸਲਨ ਅਸਲ ਕੰਮ ਕਰਨ ਵਾਲਾ ਇਹ ਕਿ ਇਹਨਾਂ ਦੇ ਜਿਹੜੇ ਖਾਸ ਪਾਕਿਸਤਾਨ ਦੇ ਅੰਦਰ ਜਿਹੜੇ ਮੌਜੂਦ ਸਿਸਟਮ 'ਚ ਹੋਏ ਮੌਜੂਦ ਬੰਦੇ ਨੇ ਕੋਈ ਅਗਰ ਜਨਰਲ ਹੈ ਕੋਈ ਅਗਰ ਬ੍ਰਿਗੇਡੀਅਰ ਹੈ ਕੋਈ ਅਗਰ ਸਿਵਲ ਬਿਊਰੋਕਰੇਸੀ 'ਚ ਉਹਨਾਂ ਨੂੰ ਪੁਆਇੰਟ ਆਊਟ ਕਰੋ ਕਿ ਕੌਣ ਲੋਕ ਨੇ ਜਿਹੜੇ ਸਿਸਟਮ ਵਿੱਚ ਵੜੇ ਠੀਕ ਹੈ ਅਗਰ ਕੋਈ ਬਜਾਏ ਇਸ 'ਤੇ ਕਿ ਅਸੀਂ ਇੱਕ ਆਮ ਇੱਕ ਜਿਹੜਾ ਨਾ ਉਹ ਅਨਟਾਰਗੇਟਿਡ ਇੱਕ ਟਾਰਗੇਟਿਡ ਜੀ ਗੱਲ ਹੋਣੀ ਚਾਹੀਦੀ ਹੈ ਕਿ ਹਾਂ ਜੀ ਔਰ ਮੇਰਾ ਇਹ ਐਨਾਲਿਸਿਸ ਹੈ ਕਿ ਪਾਕਿਸਤਾਨ 'ਚ ਜਿਹੜਾ ਨਾ ਰਿਸ਼ਵਤ ਦਾ ਜਿਹੜਾ ਕਲਚਰ ਹੈ ਨਾ ਉਹਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੈ ਠੀਕ ਹੈ ਇਹ ਕਿਸੇ ਕਿਸਮ ਦੀ ਮੋਰੈਲਿਟੀ ਨਹੀਂ ਮੰਨਦੇ ਇਹ ਗਰੁੱਪ ਦੇ ਤੌਰ 'ਤੇ ਕੰਮ ਕਰਦੇ ਨੇ ਜਿਤਨੇ ਸਿਵਲ ਜੱਜ ਇਹਨਾਂ ਦੇ ਭਰਤੀ ਹੋਏ ਨੇ ਸਾਰੇ ਬਗੈਰ ਮੈਰਿਟ ਤੋਂ ਭਰਤੀ ਹੋਏ ਨੇ ਈਵਨ CSS ਕਰ ਜਾਂਦੇ ਨੇ ਬਗੈਰ ਮੈਰਿਟ ਤੋਂ ਠੀਕ ਹੈ ਪਰਚੇ ਲੀਕ ਕਰਨਾ ਜੱਜ ਬਣਨਾ ਪੁਲਿਸ 'ਚ ਭਰਤੀਆਂ ਕਰਾਉਣਾ ਕਲਰਕਸ ਤੱਕ ਭਰਤੀਆਂ ਇੱਕ ਵਾਰੀ ਜੇ ਸੇਕਾ ਦੀਆਂ ਨਿਯੁਕਤੀ ਹੁੰਦਾ ਫਿਰ ਥੱਲੇ ਪੂਰੇ ਦੇ ਪੂਰੇ ਗੈਂਗ ਨੂੰ ਜਿਹੜਾ ਨਾ ਉਹ ਭਰਤੀ ਕਰ ਲੈਂਦਾ ਠੀਕ ਹੈ ਅਤੇ ਮਤਲਬ ਇੱਕ ਟਾਰਗੇਟਿਡ ਜੀ ਅਪਰੋਚ ਹੋਣੀ ਚਾਹੀਦੀ ਹੈ ਨਾ ਕਿ ਇੱਕ ਜਨਰਲ ਕਿਸਮ ਦੀ ਇੱਕ ਜਿਹੜੀ ਹੈ ਨਾ ਉਹ ਮਤਲਬ ਇੱਕ ਔਰ ਇਹ ਰਿਲੀਜੀਅਸ ਮਸਲਾ ਵੀ ਨਹੀਂ ਮੇਰਾ ਜਿਹੜਾ ਖਿਆਲ ਇਹ ਇੱਕ ਪੋਲੀਟੀਕਲ ਮਸਲਾ ਹੈ ਠੀਕ ਹੈ ਨਾ ਇਹ ਮਜ਼ਹਬੀ ਇਸ਼ੂ ਹੈ ਨਹੀਂ ਮਜ਼ਹਬੀ ਤਾਂ ਕ੍ਰਿਸਚਨ ਵੀ ਲੱਗੇ ਫਿਰਦੇ ਦੂਜੇ ਵੀ ਲੱਗੇ ਫਿਰਦੇ ਅਸਲ ਮਸਲਾ ਇਹ ਪੋਲੀਟੀਕਲ ਆਮ ਆਦਮੀ ਸਾਹਿਬ ਮੈਂ ਕੁਝ ਗੁਜ਼ਾਰਿਸ਼ ਕਰਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਮੁਖਤਲਿਫ ਸ਼ੋਭਾ ਜਾਤ ਦੇ ਵਿੱਚ ਬੈਠੇ ਹੋ ਤਾਂ ਇਹਨਾਂ ਦੇ ਕੋਲ ਪਾਕਿਸਤਾਨੀ ਸ਼ਹਿਰੀਅਤ ਹੈ ਹਾਂ ਅਲਬੱਤਾ ਉਹ ਅਸੀਂ ਨਹੀਂ ਖੋਜ ਸਕਦੇ ਦੂਸਰੀ ਗੱਲ ਜਿਹੜੀ ਰਿਸ਼ਵਤ ਦੀ ਰਿਸ਼ਵਤ ਦੇ ਤਹਿਤ ਆਉਂਦੇ ਨੇ ਅਗਰ ਜੇ ਯਾਨੀ ਕਿ ਮੈਰਿਟ ਦੇ ਤਹਿਤ ਆਉਂਦੇ ਨੇ ਤਾਂ ਉਹ ਉਹਨਾਂ ਦਾ ਬੁਨਿਆਦੀ ਇੱਕ ਸ਼ਹਿਰੀ ਹੋਣ ਦਾ ਹੱਕ ਹੈ ਉਹਨਾਂ ਦੇ ਕੋਲ ਕਿ ਉਹ ਇੱਕ ਮੈਰਿਟ ਦੇ ਤਹਿਤ ਕਿਸੇ ਵੀ ਅਹੁਦੇ ਦੇ ਉੱਤੇ ਜਾ ਸਕਦੇ ਨੇ ਅਗਰ ਇਹ ਰਿਸ਼ਵਤ ਦੇ ਤਹਿਤ ਆਉਂਦੇ ਨੇ ਤਾਂ ਉਹਨਾਂ ਨੂੰ ਫਿਗਰ ਆਊਟ ਕਰਨਾ ਇਹ ਤੁਹਾਡਾ ਪੁਆਇੰਟ ਬਹੁਤ ਅੱਛਾ ਕਿ ਫਿਗਰ ਆਊਟ ਕਰੋ ਉਹਨਾਂ ਨੂੰ ਔਰ ਉਹਨਾਂ ਨੂੰ ਚੁੱਕ ਕੇ ਬਾਹਰ ਮਾਰੋ ਲੇਕਿਨ ਇਹ ਵੀ ਸਾਡੀ ਆਮ ਆਵਾਮ ਜਿਹੜੀ ਥੱਲੇ ਵਾਲੀ ਆਵਾਮ ਹੈ ਜਾਂ ਮੇਰੇ ਹੱਥ ਕੈਸਰ ਸਾਹਿਬ ਨੇ ਇਹਨਾਂ ਦੇ ਹੱਥ ਨਹੀਂ ਹੈ ਰਾਜਾ ਸਾਹਿਬ ਹੈ ਨੇ ਥੋੜ੍ਹਾ ਬਹੁਤ ਯਾਨੀ ਕਿ ਇਹਨਾਂ ਦੇ ਹੱਥ ਸੋਰਸਿਸ ਹੈ ਨੇ ਡਾਕਟਰ ਹੋਲੀ ਸਪਿਰਿਟ ਨੇ ਲੇਕਿਨ ਇੱਕ ਆਮ ਇਨਸਾਨ ਅਸੀਂ ਸਿਰਫ ਆਵਾਜ਼ ਉਠਾ ਸਕਦੇ ਤੁਸੀਂ ਨੋਟ ਕਰਿਆ ਜੇ ਕਿਤਨੇ ਜ਼ਿਆਦਾ ਡਾਕਟਰ ਨੇ ਠੀਕ ਹੈ ਨਾ ਹੁਣ ਇਹ ਤਾਂ ਨਹੀਂ ਕਿ ਦੂਜੇ ਜਿਹੜੇ ਬੱਚੇ ਸਾਡੇ ਨੇ ਉਹ ਕੋਈ ਇਹ ਜਿਹੜੇ ਇਹਨਾਂ ਦਾ ਕੀ ਕੰਮ ਹੁੰਦਾ ਤੁਸੀਂ ਬੋਰਡਸ 'ਚੋਂ ਇਹਨਾਂ ਦੇ ਵੇਖ ਲਓ ਬੰਦੇ ਹੋਣ ਦੇ ਪੇਪਰ ਲੀਕ ਉਹ ਨਜ਼ਰ ਆ ਰਿਹਾ ਹੋਵੇ ਤਾਂ ਬਜ਼ਾਹਿਰ ਕਿ ਮੈਰਿਟ ਤਿਆਰ ਹੈ ਲੇਕਿਨ ਮੈਰਿਟ ਤਿਆਰ ਨਹੀਂ ਰਹਿੰਦੇ ਠੀਕ ਹੈ ਨਾ ਤੁਸੀਂ ਇਹਨਾਂ ਦੇ ਬੁੱਧੂ ਤੁਸੀਂ ਦੇਖ ਲਵਿਆ ਜੇ ਕਿ ਉਹ ਜਿਹੜੇ ਨਾ ਉਹ ਕਿਸੇ ਨਾ ਕਿਸੇ ਅਹੁਦੇ 'ਤੇ ਜ਼ਰੂਰ ਮੌਜੂਦ ਹੋਣ ਦੇ ਠੀਕ ਕਿਸੇ ਨਾ ਕਿਸੇ ਜੋਬ 'ਤੇ ਉਹ ਲੱਗੇ ਹੋਣ ਦੇ ਉਹ ਕਿਉਂਕਿ ਪੂਰਾ ਦਾ ਪੂਰਾ ਉਹਨਾਂ ਇੱਕ ਜਿਹੜਾ ਨਾ ਇੱਕ ਕਨੈਕਸ਼ਨ ਬਣਾਇਆ ਔਰ ਇਤਨੀ ਜ਼ਿਆਦਾ ਉਹ ਠੀਕ ਹੈ ਬਾਏ ਸਾਰੀ ਕੀ ਵਿੱਚ ਹੁੰਦਾ ਅਗਰ ਤੁਸੀਂ ਫਾਰ ਐਗਜ਼ਾਮਪਲ ਸ਼ੀਆ ਹੋਵੋ ਦੇ ਅਤੇ ਦੂਜਾ ਅਗਰ ਸ਼ੀਆ ਕੋਈ ਆਵੇ ਤਾਂ ਤਾਂ ਤੁਹਾਡਾ ਸ਼ਾਇਦ ਦਿਲ ਕਰੇ ਦਾ ਫੇਵਰ ਕਰਨੇ 'ਤੇ ਨਾ ਥੋੜ੍ਹਾ ਜਿਹਾ ਯੂਨੋ ਲੇਕਿਨ ਇਹਨਾਂ ਦੇ ਅੰਦਰ ਇਹ ਜਿਹੜਾ ਬਾਇਸ ਹੈ ਨਾ ਇਤਨਾ ਸ਼ਦੀਦ ਹੈ ਇਤਨੀ ਸ਼ਿੱਦਤ ਨਾਲ ਇਹਨਾਂ ਦੇ ਅੰਦਰ ਪਾਇਆ ਜਾਂਦਾ ਕਿ ਇਹ ਜਿਹੜੇ ਨੇ ਇਹ ਬੋਰ ਹੋਣ ਲੈਣਗੇ ਇਹ ਫੌਰਨ ਚੁੱਕ ਲੈਣਗੇ ਉਹਨੂੰ ਔਰ ਅਗਰ ਇਹਨਾਂ ਦੇ ਤੁਸੀਂ ਵਾਕਿਆਤ ਸੁਣੋ ਨਾ ਇਹਨਾਂ ਦੇ ਅਤੇ ਉਹ ਆਖਣ ਦੇ ਜੀ ਉਹ ਮੈਂ ਫਲਾਣੇ ਸਾਹਿਬ ਕੋ ਗਿਆ ਉਹ ਜੀ ਖਾਰੀਆਂ ਮੌਜੂਦ ਸੀ ਉਹਨਾਂ ਦੀ ਉੱਥੇ ਤਾਇਨਾਤੀ ਸੀ ਐਜ਼ ਆ ਹੈੱਡ ਮਾਸਟਰ ਮੈਂ ਉੱਥੇ ਜਾ ਕੇ ਜੁਆਇਨਿੰਗ ਦੇ ਲਈ ਮਤਲਬ ਮੈਂ ਇਹਨਾਂ ਦੀਆਂ ਪੜ੍ਹਦਾ ਰਹਿੰਦਾ ਨਾ ਤਹਿਰੀਰਾਂ ਤਾਂ ਉਹਦੇ ਵਿੱਚ ਤੁਹਾਨੂੰ ਹਰ ਕਦੋਂ ਨਾ ਕਦੋਂ ਤੁਹਾਨੂੰ ਲੱਭੇਗਾ ਕਿ ਹਰ ਜਗ੍ਹਾ 'ਤੇ ਜਿਹੜਾ ਨਾ ਇਹ ਜਿਹੜਾ ਨੈਪੋਟਿਜ਼ਮ ਨੂੰ ਪ੍ਰਮੋਟ ਕਰਦੇ ਨੇ ਆਪਣੇ ਗਰੁੱਪ ਦੇ ਬੰਦਿਆਂ ਨੂੰ ਜਿਹੜਾ ਨਾ ਉਹ ਅਗਾਂਹ ਲੈ ਕੇ ਆਉਂਦੇ ਨੇ ਅਤੇ ਅਸਲ ਮੇਰਾ ਖਿਆਲ ਹੈ ਨੁਕਸਾਨ ਇਹ ਹੋ ਰਿਹਾ ਕਿ ਸਾਨੂੰ ਪਤਾ ਹੀ ਨਹੀਂ ਛੋਟਾ ਜਿਹਾ ਗਰੁੱਪ ਹੈ ਔਰ ਇਹਨਾਂ ਸਾਡੇ ਰਿਸੋਰਸਿਸ 'ਤੇ ਕਬਜ਼ਾ ਕੀਤੇ ਆ ਠੀਕ ਹੈ ਮੀਡੀਆ ਵਿੱਚ ਤੁਸੀਂ ਦੇਖ ਲੈਣਾ ਤੁਸੀਂ ਮਤਲਬ ਕਿ ਜੁਡੀਸ਼ਰੀ ਵਿੱਚ ਮੈਨੂੰ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ ਤੁਸੀਂ ਅਗਰ ਇਹਨਾਂ ਨੂੰ ਪੂਰਾ ਅਨਾਲਿਸਿਸ ਕਰੋ ਤੁਹਾਨੂੰ ਪਤਾ ਲੱਗੇਗਾ ਕਿ ਜੁਡੀਸ਼ਰੀ ਵਿੱਚ ਬਹੁਤ ਜ਼ਿਆਦਾ ਮੌਜੂਦ ਨੇ ਹੈ ਮਿਲਟਰੀ ਵਿੱਚ ਮੌਜੂਦ ਨੇ ਲੇਕਿਨ ਉਹਦੇ ਟੌਪ ਰੈਂਕਿੰਗ 'ਤੇ ਨਹੀਂ ਜਾ ਸਕਦੇ ਉੱਥੇ ਮਤਲਬ ਫਿਗਰ ਆਊਟ ਹੋ ਜਾਂਦੇ ਨੇ
ਹੈ ਕਿਉਂਕਿ ਉਹ ਉੱਥੇ ਥੋੜ੍ਹਾ ਜਿਹਾ ਸਖਤੀ ਹੈ ਸ਼ਾਇਦ, ਹੈ ਨਾ। ਲੇਕਿਨ ਬਾਕੀ ਜਿਹੜੀ ਸਿਵਲ ਬਿਊਰੋਕਰੇਸੀ ਉਹਦੇ ਵਿੱਚ ਤਾਂ ਭਰੇ ਪੈਣ, ਅਤੇ ਮੇਰਾ ਖਿਆਲ ਹੈ ਕਿ ਜਿਹੜਾ ਨਾ ਇਸ ਚੀਜ਼ ਵੱਲ ਥੋੜ੍ਹੀ ਜਿਹੀ ਟਾਰਗੇਟਿਡ ਅਪਰੋਚ ਹੋਣੀ ਚਾਹੀਦੀ ਹੈ। ਮੇ ਬੀ ਆਮ ਰੋਂਗ, ਲੇਕਿਨ ਦੈਟ ਇਜ਼ ਵਟ ਆਈ ਥਿੰਕ। ਬਹੁਤ ਵਧੀਆ ਪੁਆਇੰਟ ਹੈ, ਲੇਕਿਨ ਇਹਨਾਂ ਦੀ ਮੈਜੋਰਿਟੀ ਦੇ ਵਿੱਚ ਕੋਈ ਪੜ੍ਹੇ ਲਿਖੇ ਵੀ ਹੋਣਗੇ ਆ ਜਿਹੜੇ ਸਾਡੇ ਇੱਥੇ ਨਾਲ ਜਿਨ੍ਹਾਂ ਨੂੰ ਅਸੀਂ ਇੱਥੇ ਵੇਚ ਰਹੇ ਹਾਂ, ਮੋਸਟਲੀ ਇਹੀ ਨੇ ਕਿ ਅਬਰੋਡ ਨੇ, ਔਰ ਜਿਨ੍ਹਾਂ ਨੂੰ ਬੋਲਣ ਦਾ ਵੀ ਚੱਜ ਕੋਈ ਨਹੀਂ ਹੈ। ਚੰਦ ਲੋਕ ਕੁਝ ਆਇਆ ਨੇ ਉਹ ਜਿਹੜੀ ਕਿ ਅੱਛੇ ਤਰੀਕੇ ਨਾਲ ਗੁਫ਼ਤਗੂ ਕਰ ਸਕਦੇ ਨੇ, ਲੇਕਿਨ ਉਹਨਾਂ ਦੇ ਇੱਕ ਹੋਰ ਵੀ ਦਲਾਇਲ ਮੌਜੂਦ ਨੇ। ਬਾਕੀ ਤੁਹਾਡੀ ਗੱਲ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਉਹਨੂੰ ਫਿਗਰ ਆਊਟ ਕਰਨਾ, ਜਿਵੇਂ ਹੁਣ ਇੱਕ ਪਾਕਿਸਤਾਨ 'ਚ ਕਾਨੂੰਨ ਇਮਰਾਨ ਖਾਨ ਨੇ ਲਿਆਂਦਾ ਸੀ ਨਿਕਾਹ ਦੇ ਉੱਤੇ, ਕਿ ਤੁਸੀਂ ਉਹਦੇ ਉੱਤੇ ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਖਾਤਮੁਨ ਨਬੀਨ ਮੰਨਣਾ, ਉਹਨਾਂ ਤੋਂ ਬਾਅਦ ਕੋਈ ਨਬੀ ਨਹੀਂ ਸੀ। ਐਸੀ ਸ਼ਰਤ ਵੀ ਉਹਦੇ 'ਚ ਨਿਕਾਹ 'ਚ ਯਾਨੀ ਕਿ ਲਿਖੀ ਗਈ ਸੀ ਕਿ ਨਿਕਾਹ ਇਸ ਤੋਂ ਬਗੈਰ ਨਹੀਂ ਹੋਣਗਾ, ਜਿਹਦੇ 'ਚ ਫਿਗਰ ਆਊਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਸੀ। ਐਸੇ ਬਾਕੀ ਕਾਨੂੰਨ ਹੋਣੇ ਚਾਹੀਦੇ ਨੇ ਜਿਨ੍ਹਾਂ 'ਚੋਂ ਇਹਨਾਂ ਨੂੰ ਫਿਗਰ ਆਊਟ ਕਰਕੇ, ਔਰ ਸਿਰਫ ਹਾਰ ਗਰਮ ਮੈਰਿਟ 'ਤੇ ਨੇ ਅਤੇ ਉਹਨਾਂ ਨੂੰ ਵਾਕਈ ਉਹਨਾਂ ਦਾ ਰਾਈਟ, ਕਿਉਂਕਿ ਉਹ ਪਾਕਿਸਤਾਨੀ ਸ਼ਹਿਰੀ ਔਰ ਉਹਨਾਂ ਦਾ ਬੁਨਿਆਦੀ ਹੱਕ, ਅਗਰ ਮੈਰਿਟ ਦੇ ਉੱਤੇ, ਅਗਰ ਵਿਦਆਊਟ ਮੈਰਿਟ ਨੇ ਝੁੱਕ ਕੇ ਬਾਹਰ ਵਾਂਗ। ਬਾਕੀ ਪੁਆਇੰਟ ਅੱਛਾ, ਜਿਹਨੇ ਮਾੜਾ ਨਹੀਂ। ਬਸ ਮੇਰਾ ਖਿਆਲ ਹੈ ਕਿ ਇੱਕ ਪੋਲੀਟੀਕਲ ਮਸਲਾ ਹੈ, ਔਰ ਪੋਲੀਟੀਕਲ ਮਸਲੇ ਦਾ ਹੱਲ ਜਿਹੜਾ ਨਾ ਉਹ ਪੋਲੀਟਿਕਸ ਹੀ ਕੱਢ ਸਕਦੀ ਹੈ, ਉਹ ਇੱਕ ਸਿਆਸੀ ਮਸਲੇ ਦਾ ਹੱਲ ਮਜ਼ਹਬੀ ਬਹਿਸ ਨਾਲ ਨਿਕਲ ਹੀ ਨਹੀਂ ਸਕਦਾ। ਜਿਤਨੀ ਦਿਲ ਅਸੀਂ ਕਰ ਲਵੀਏ, ਜਿਤਨਾ ਦਿਲ ਅਸੀਂ ਜਿਹੜਾ ਨਾ ਇਸ ਚੀਜ਼ ਨੂੰ ਅਸੀਂ ਪੁਆਇੰਟ ਆਊਟ ਕਰ ਲਵੀਏ ਕਿ ਮਿਰਜ਼ਾ ਨਬੀ ਆਈ ਜਾਂ ਨਾ ਆਈ, ਇਹਦੇ ਨਾਲ ਕੋਈ ਫਰਕ ਹੀ ਨਹੀਂ ਪਾਉਂਦਾ। ਅਸਲ ਗੱਲ ਇਹ ਕੋਈ ਗਰੁੱਪ ਹੈ, ਉਹ ਆਪਣਾ ਇਨਫਲੂਐਂਸ ਯੂਜ਼ ਕਰਦੇ ਨੇ, ਇਨਫਲੂਐਂਸ ਯੂਜ਼ ਕਰਕੇ ਉਹ ਜਿਹੜਾ ਨਾ ਉਹ ਸੁਸਾਇਟੀ ਦੇ ਅੰਦਰ ਉਹਨਾਂ ਜਿਵੇਂ ਉਹਨਾਂ ਦਾ ਦਿਲ ਹੁੰਦਾ ਉਹ ਉਂਝ, ਮਤਲਬ ਭੁੱਟੋ ਦੇ ਤੌਰ ਤੋਂ ਪਹਿਲੂ ਪੀਪਲਸ ਪਾਰਟੀ ਦਾ ਤੁਸੀਂ ਉਹ ਦੇਖ ਲੈਣਾ ਕਿ ਉਹਨਾਂ ਦੇ ਕਈ ਐਮ ਪੀ ਐਸ ਡਿਸਾਈਡ ਹੀ ਇਹ ਕਰਦੇ ਹਨ ਕਿ ਕਿਸ ਐਮ ਕਿਨ ਤੁਸੀਂ ਕੈਂਡੀਡੇਟ ਬਣਾਉਣਾ ਹੈ, ਕਿਨ ਨਹੀਂ ਬਣਾਉਣਾ, ਹੈ ਨਾ। ਹੋਰ ਵੀ ਬਾਕੀ ਪੋਲੀਟੀਕਲ ਪਾਰਟੀਜ਼ ਦੇ ਅੰਦਰ ਵੀ ਇਹਨਾਂ ਦਾ ਬੜਾ ਸ਼ਦੀਦ ਕਿਸਮ ਦਾ ਇਨਫਲੂਐਂਸ ਹੈ, ਅਤੇ ਉਹਨਾਂ ਨੂੰ ਫਿਗਰ ਆਊਟ ਕਰਨਾ ਕਿ ਉਹ ਕੌਣ ਲੋਕ ਨੇ ਕਿ ਜਿਹੜੇ ਸਪੋਰਟ ਕਰ ਰਹੇ ਨੇ ਇਹਨਾਂ ਨੂੰ, ਇਹ ਕਿਉਂਕਿ ਇਹਨੇ ਇੱਕ ਐਜ਼ ਅ ਪੋਲੀਟੀਕਲ ਗਰੁੱਪ ਸਮਝਣਾ, ਨਾ ਕਿ ਇੱਕ ਮਜ਼ਹਬੀ ਗਰੁੱਪ। ਮਜ਼ਹਬੀ ਗਰੁੱਪ ਤਾਂ ਬੜੇ ਨੇ, ਮਜ਼ਹਬੀ ਗਰੁੱਪ ਤਾਂ ਮਤਲਬ ਇਹ ਕਿ ਖਤਮ ਹੀ ਨਹੀਂ ਹੁੰਦੇ, ਉਹਨਾਂ ਦਾ ਤਾਂ ਐਡਾ ਮਸਲਾ ਹੀ ਨਹੀਂ, ਯੂ ਨੋ। ਠੀਕ ਹੈ, ਉਹਨਾਂ ਦਾ ਜੋ ਵੀ ਬਿਲੀਵ ਹੈ, ਵੀ ਡੋਂਟ ਕੇਅਰ। ਲੇਕਿਨ ਮਸਲਾ ਹੈ ਕਿ ਜੇ ਇੱਕ ਇੱਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ, ਪੋਲੀਟੀਕਲ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਕੰਮ ਕਰ ਦੇਣਾ, ਅਤੇ ਫਿਰ ਦੂਜਿਆਂ ਦਾ ਰਾਈਟ ਜਿਹੜਾ ਖੋ ਲੈਂਦੇ ਨੇ। ਠੀਕ ਹੈ ਨਾ, ਜਿਹੜਾ ਮੇਰਾ ਇਹਨਾਂ 'ਤੇ ਸਭ ਤੋਂ ਵੱਡਾ ਜਿਹੜਾ ਇਤਰਾਜ਼ ਹੈ ਕਿ ਇਹ ਯੂਜ਼ ਕਰਦੇ ਨੇ ਪਾਕਿਸਤਾਨੀ ਸਟੇਟ ਨੂੰ, ਔਰ ਪਾਕਿਸਤਾਨੀ ਸਟੇਟ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ 'ਤੇ ਕਬਜ਼ਾ ਕਰਕੇ, ਔਰ ਆਪਣੇ ਬੰਦੇ ਸਟੇਟ ਦੇ ਅੰਦਰ ਇਹਨਾਂ ਵਾੜੇ ਨੇ, ਔਰ ਉਹਦੇ ਤੋਂ ਸਾਰਾ ਦਾ ਸਾਰਾ ਇਹ ਜਿਹੜਾ ਨਾ ਜਿਸ ਤਰ੍ਹਾਂ ਲੀਚੇਜ਼ ਹੁੰਦੀਆਂ ਨਾ ਖੂਨ ਚੂਸਦੇ ਨੇ, ਬਿਜ਼ਨਸਿਸ 'ਤੇ ਕਬਜ਼ਾ ਇਹਨਾਂ ਦਾ। ਤੁਸੀਂ ਹੁਣ ਦੇਖ ਲਓ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਨਾ ਉਹ ਜਿਸ ਤਰ੍ਹਾਂ ਜ਼ਮੀਨ .com ਵਾਲੇ ਨੇ, ਉਹਨਾਂ ਦੇ ਅੱਗੋਂ ਜਿਹੜੇ ਸਾਰੇ ਦੇ ਸਾਰੇ ਜਿਹੜੇ, ਤੁਸੀਂ ਕੋਈ ਵੀ ਬਿਜ਼ਨਸ ਵੇਖ ਲਓ ਨਾ ਜਿਹੜਾ ਤੁਹਾਨੂੰ ਇੰਤਹਾਈ ਇੱਕ ਤੁਹਾਨੂੰ ਇੱਕ ਸਕਸੈਸਫੁਲ ਬਿਜ਼ਨਸ, ਉਹਦੇ ਪਿੱਛੇ ਇਹਨਾਂ ਦਾ ਜ਼ਰੂਰ, ਠੀਕ ਹੈ, ਵੱਡਾ ਸ਼ੇਅਰ ਹੋਵੇਗਾ। ਵੱਡੀਆਂ ਵੱਡੀਆਂ ਤੁਸੀਂ ਹਾਊਸਿੰਗ ਸੁਸਾਇਟੀਜ਼ ਵੇਖ ਲਓ, ਉਹਦੇ ਵਿੱਚ ਅਗਰ ਸ਼ੇਅਰ ਹੋਲਡਰਸ ਦਾ ਤੁਸੀਂ ਪੂਰਾ ਅਨਾਲਿਸਿਸ ਕਰੋ, ਤੁਹਾਨੂੰ ਪਤਾ ਲੱਗੇਗਾ ਯਾਰ ਇਹਦੇ 'ਤੇ ਬੜੇ ਨੇ। ਠੀਕ ਹੈ, ਪੈਰਾਗੋਨ ਸਿਟੀ ਵਾਲੇ ਨੇ, ਔਰ ਕਈ ਗਰੁੱਪਸ ਨੇ ਕਿ ਜਿਹੜੇ ਜਿਨ੍ਹਾਂ ਪੂਰੀ ਦੀ ਪੂਰੀ ਇਹ ਜਿਹੜੇ ਨਾ ਇਹ ਪਿੱਛੇ ਬਹਿ ਕੇ ਅਤੇ ਇਹ ਪੂਰੀ ਦੀ ਪੂਰੀ ਗੇਮ ਕਰ ਰਹਿੰਦੇ ਨੇ, ਹੈ ਨਾ। ਅਤੇ ਔਰ ਫਿਰ ਰਿਸ਼ਤੇਦਾਰੀਆਂ ਦਾ ਇਹਨਾਂ ਦਾ ਨੈੱਟਵਰਕ ਹੈ, ਠੀਕ ਹੈ, ਕਿਉਂਕਿ ਇਹਨਾਂ ਦਾ ਇਹ ਤਰੀਕਾਕਾਰ ਹੈ ਕਿ ਦੱਸਣ ਨਹੀਂ ਲੱਗੇ ਰਿਸ਼ਤੇਦਾਰੀ ਕਰ ਲੈਣਗੇ। ਠੀਕ ਹੈ,
ਔਰ ਸਾਡੇ ਜੱਟਾਂ ਵਿੱਚ ਤਾਂ ਸਾਡਾ ਬੜਾ ਵੱਡਾ ਪ੍ਰੋਬਲਮ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਬੜੀ ਸਰਚ ਕਰਨੀ ਪੈਂਦੀ ਹੈ ਕਿ ਯਾਰ ਇਹ ਕਦੋਂ ਮਤਲਬ ਇਹ ਤਾਂ ਨਹੀਂ ਗਰੁੱਪ ਨਿਕਲ ਆਵੇ ਇਹਦਾ ਵਿੱਚੋਂ, ਕਿਉਂਕਿ ਜਿਹੜਾ ਵੀ ਇੱਕ ਸਕਸੈਸਫੁਲ ਜੱਟ ਪੜ੍ਹਿਆ ਲਿਖਿਆ ਸਮਝਦਾਰ ਤੁਹਾਨੂੰ ਲੱਗੇਗਾ ਨਾ ਉਹਦੇ ਪਿੱਛੇ ਜ਼ਰੂਰ ਜਿਹੜਾ ਨਾ ਉਹ, ਅਤੇ ਇਹ ਇੱਕ ਇੱਕ ਬੜਾ ਇੱਕ ਜਿਹੜਾ ਨਾ ਇੱਕ ਬੜਾ ਵੱਡਾ ਚੈਲੇਂਜ ਹੈ, ਔਰ ਇਹ ਨੈਵੀਗੇਟ ਕਰਨਾ, ਇਹਨਾਂ ਨੂੰ ਫਿਗਰ ਆਊਟ ਕਰਨਾ, ਉਹਦਾ ਤਾਂ ਮੇਰਾ ਹਾਲੇ ਗਵਰਨਮੈਂਟ ਦੀ ਸਤ੍ਹਾ 'ਤੇ ਜਿਹੜਾ ਨਾ ਉਹ ਥੋੜ੍ਹਾ ਜਿਹਾ ਕੰਮ ਹੋਣਾ ਚਾਹੀਦਾ, ਡਾਟਾ ਬੇਸ ਜਿਹੜਾ ਨਾ ਉਹ ਮਜ਼ਬੂਤ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਕਿ ਕਿਹੜਾ 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 ਜਿਹੜਾ ਨਾ ਉਹ ਇਸ ਗਰੁੱਪ ਦਾ ਬੰਦਾ ਔਰ ਕਿਹੜਾ ਕਿਹੜਾ ਇਸ ਗਰੁੱਪ ਦਾ ਨਹੀਂ ਹੈ। ਸਾਰੇ MNAs ਜਿਹੜੇ ਉਹਨਾਂ ਦਾ ਪੂਰਾ ਅਨੈਲਿਸਿਸ ਹੋਣਾ ਚਾਹੀਦਾ ਕਿ ਕੌਣ ਲੋਕ ਨੇ, ਯੂਨੋ ਕਿਹਦਾ ਪੈਸਾ ਯੂਜ਼ ਕਰਕੇ MNA ਬਣ ਰਹੇ ਨੇ, ਬਿਊਰੋਕਰੇਟ ਜਿਹੜੇ ਖਾਸ ਤੌਰ 'ਤੇ ਟਾਪ ਬਿਊਰੋਕਰੇਟ, ਔਰ ਉਹ ਬਿਊਰੋਕਰੇਟ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਤਾਂ ਇੰਤਹਾਈ ਮਤਲਬ ਘਟੀਆ ਜਿਹਾ ਬੰਦਾ, ਉਹਦੇ ਯਕੀਨਨ ਇਹਨਾਂ ਦਾ ਰੋਲ ਜ਼ਰੂਰ ਹੋਵੇਗਾ। ਮਤਲਬ ਇਹ ਮੇਰਾ ਇੱਕ ਮੇਰੀ ਇੱਕ ਥਿਊਰੀ ਹੈ ਕਿ ਜਿਹੜਾ ਜਾਣ ਦਿਓ ਲਾਲਾ ਜੀ ਕਿਉਂ ਝੂਠ ਤੇ ਝੂਠ ਬੋਲੀ ਜਾ ਰਹੇ ਹੋ, ਇਹਦੇ ਵਿੱਚ ਕੋਈ ਹਕੀਕਤ ਨਹੀਂ ਮੇਰਾ ਭਰਾ, ਇਹ ਸਿਰਫ ਕਹਾਣੀ ਜਿਹੜੀ ਤੁਸੀਂ ਸੁਣਾ ਰਹੇ ਹੋ ਨਾ, ਇਹਦੇ ਵਿੱਚ ਹਕੀਕਤ ਕੋਈ ਨਹੀਂ ਹੈ। ਨਹੀਂ ਸਾਕੀ ਸਾਹਿਬ, ਤੁਸੀਂ ਇਸ ਗੱਲੇ ਨੂੰ ਇੱਕ ਵਾਰੀ ਥੋੜਾ ਗੌਰ ਕਰੋ ਨਾ, ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਬਿਊਰੋਕਰੇਸੀ ਕਿਤਨੇ ਜ਼ਿਆਦਾ ਇਨ ਹੈ। ਉਹ ਤੇ ਹੁਣ ਪਾਕਿਸਤਾਨ ਦੇ ਰਿਹਾਇਸ਼ੀ ਹੈ ਤੇ ਉਹ ਨਾ ਇਨ ਤੇ ਹੋਣਾ ਹੈ ਨਾ। ਨਹੀਂ ਪਾਕਿਸਤਾਨ ਦੇ ਰਿਹਾਇਸ਼ੀ ਨੇ, ਪਾਕਿਸਤਾਨ ਦੇ ਦੂਜੇ ਵੀ ਰਿਹਾਇਸ਼ੀ ਨੇ, ਦੂਜੇ ਕੋਈ ਪਾਕਿਸਤਾਨ ਦੇ ਰਿਹਾਇਸ਼ੀ ਨਹੀਂ ਤਾਂ ਦੂਜਿਆਂ ਨੂੰ ਕਿਹੜਾ ਕਿਸੇ ਮਨਾ ਕੀਤਾ ਬਿਊਰੋਕਰੇਸੀ ਮਨਾ ਹੀ ਕੀਤੇ ਆ ਨਾ ਸਰ, ਜੈਸੇ ਤੁਹਾਡਾ ਪਰਚਾ ਤੁਹਾਨੂੰ ਲੀਕ ਆਊਟ ਹੋ ਕੇ ਤੁਹਾਡੇ ਘਰ ਪੜ ਜਾਏ, ਠੀਕ ਹੈ, ਤੇ ਤੁਹਾਡਾ ਬੱਚਾ CSS ਕਰ ਜਾਏ ਤੇ ਦੂਜੇ ਦਾ ਨਾ ਕਰ ਸਕੇ, ਠੀਕ ਹੈ, ਨਹੀਂ ਐਡਾ ਵੀ ਕੋਈ ਨਹੀਂ ਪਰਚਾ ਲੀਕ ਹੋ ਗਿਆ ਗੱਲ ਜੇ ਸਰ ਮੈਡੀਕਲ ਕਾਲਜ ਭਰੇ ਪੈ ਜੇ ਇਹਨਾਂ ਨਾਲ ਜਿਤਨੀ ਇਹਨਾਂ ਦੀ ਤਾਦਾਦ, ਫਾਰ ਐਗਜ਼ਾਮਪਲ ਇੱਕ ਗਰੁੱਪ ਉਹਦਾ ਤਾਦਾਦ 5% ਹੈ, ਔਰ ਉਹਦੇ ਡਾਕਟਰ ਅਗਰ ਫਰਜ਼ ਕੀਤਾ 30% ਡਾਕਟਰ ਉਸ ਗਰੁੱਪ ਦੇ ਆ ਰਹੇ ਹੋਣ, ਤੇ ਉਹ ਕਿਦੋਂ ਆ ਰਹੇ ਪੜ੍ਹੇ ਲਿਖੇ ਨੇ ਨਾ, ਉਹ ਪੜ੍ਹਾਉਂਦੇ ਨੇ ਬੱਚਿਆਂ ਨੂੰ, ਪੜ੍ਹੇ ਲਿਖੇ ਸਰ, ਇਹੀ ਤਾਂ ਸਾਡਾ ਪ੍ਰੋਬਲਮ ਹੈ ਨਾ, ਅਸੀਂ ਕੋਈ ਨਹੀਂ ਪੜ੍ਹੇ ਲਿਖੇ ਬਈ, ਨਹੀਂ ਤਾਂ ਜੇ ਅਸੀਂ ਪੜ੍ਹੇ ਲਿਖੇ ਹੁੰਦੇ ਤੁਸੀਂ ਤਾਂ ਤੁਸੀਂ ਵੀ ਡਾਕਟਰ ਹੁੰਦੇ। ਉਹ ਸਾਕੀ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਲੋਕ ਜਿਹੜਾ ਪੋਲੀਟੀਕਲ ਇਨਫਲੂਐਂਸ ਯੂਜ਼ ਕਰਕੇ ਉਹਦਾ ਇਕਨੋਮਿਕ ਬੈਨੀਫਿਟ ਚੁੱਕਦੇ ਨੇ, ਔਰ ਇਸ ਪੋਲੀਟੀਕਲ ਇਨਫਲੂਐਂਸ ਨੂੰ ਖਤਮ ਕਰਨੇ ਦੀ ਜ਼ਰੂਰਤ ਹੈ, ਠੀਕ ਹੈ, ਫਿਗਰ ਆਊਟ ਕਰਨੇ ਦੀ ਜ਼ਰੂਰਤ ਹੈ, ਤਾਂ ਇਹ ਮਸਲਾ ਹੱਲ ਹੋਣਾ, ਅਦਰਵਾਈਜ਼ ਜਿਤਨੀਆਂ ਬਹਿਸਾਂ ਕਰ ਲਓ, ਜਿਤਨੀਆਂ ਗਾਲਾਂ ਕੱਢ ਲਓ, ਇਹ ਮਸਲਾ ਨਹੀਂ ਹੱਲ ਹੋਣਾ, ਜੋ ਦਿਲ ਜੇ ਕਰ ਲਓ ਇਹ ਮਸਲਾ ਨਹੀਂ ਹੱਲ ਹੋ ਸਕਦਾ। ਇਹ ਬਸ ਜਿਹੜਾ ਨਾ ਇੱਕ ਦੂਜੇ ਨਾਲ ਹੀ ਅਸੀਂ ਘੋਲ ਸਕਨੇ ਆ, ਮਸਲੇ ਜਿਹੜੇ ਉੱਚਿਆਂ ਲੈਵਲਾਂ ਦੇ ਹੁੰਦੇ ਨੇ ਉਹਨਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ, ਕਿਉਂ ਮਤਲਬ ਕੈਸਰ ਸਾਹਿਬ ਬੋਲਦੇ ਨਹੀਂ ਹੋ। ਫੈਨੀ ਸਾਹਿਬ ਆ ਰੂ ਕਰ ਛੱਡਦੇ ਹੋ, ਇਹੀ ਗੱਲ ਹੈ, ਮੈਂ ਜਰਾ ਪਾਣੀ ਪੀ ਰਿਹਾ। ਅੱਛਾ ਉਹ ਸੈਨੀ ਸਾਹਿਬ ਆ ਤੁਸੀਂ ਵੀ ਜਿਹੜਾ ਨਾ ਸ਼ੁਰੂ ਹੋ ਜਾਓ, ਉਹਨਾਂ ਆਖਿਆ ਯਾਰ ਤੇ ਗੱਲ ਠੀਕ ਹੈ, ਉਹਨਾਂ ਆਖਿਆ ਤੇ ਉਹ ਤੇ ਉਹਨਾਂ ਆਖਿਆ ਉਹ ਵੀ ਠੀਕ ਹੈ, ਦੋਵੇਂ ਠੀਕ ਨੇ। ਕੋਈ ਗੱਲ ਨਹੀਂ, ਚਿੱਟਾ ਬੱਕਰਾ ਕਿਦਾ ਹੈ ਇਹ ਭਾਈ ਮੇਰਾ, ਤੇ ਕਾਲਾ ਭਾਈ ਉਹ ਵੀ ਮੇਰਾ, ਹਾਂ ਉਹਨੇ ਆਖਿਆ ਇਹ ਕੀ ਖਾਂਦਾ ਹੈ, ਉਹਨੇ ਆਖਿਆ ਘਾਹ, ਉਹਨੇ ਆਖਿਆ ਉਹ ਤੇ ਉਹਨੇ ਆਖਿਆ ਉਹ ਵੀ ਘਾਹ। ਇੰਪੋਸੀਬਲ ਜੀ ਗੱਲ ਹੈ, ਬਹੁਤ ਮੁਸ਼ਕਲ ਹੈ। ਨੰਬਰ 1, ਨੰਬਰ 2, ਅਗਰ ਪਰਚਾ ਆਊਟ ਹੋ ਵੀ ਜਾਏ ਉਸਦਾ ਸਿਸਟਮ ਐਸਾ ਹੈ ਉਸ ਇਗਜ਼ਾਮ ਦਾ ਕਿ ਜਦ ਤੱਕ ਤੁਹਾਡੇ ਕੋਲ ਨੌਲੇਜ ਨਹੀਂ ਹੈ ਤੁਸੀਂ ਪਾਸ ਕਰ ਹੀ ਨਹੀਂ ਸਕਦੇ। ਹਾਂਜੀ ਨਹੀਂ ਕਰ ਸਕਦੇ, ਕਿਉਂਕਿ ਅਗਰ ਪਰਚਾ ਆਊਟ ਹੋ ਵੀ ਜਾਏਗਾ ਨਾ
ਤੇ ਫਿਰ ਵੀ ਤੁਸੀਂ ਉਸਨੂੰ ਜਦ ਤੱਕ ਤੁਹਾਡਾ ਨੌਲੇਜ ਨਹੀਂ ਹੈ ਨਾ, ਤੁਸੀਂ ਉਸਨੂੰ ਹੱਲ ਨਹੀਂ ਕਰ ਸਕਦੇ। ਬੜੇ ਮੈਰਿਟ 'ਤੇ ਭਰਤੀ ਹੁੰਦੀ ਹੈ 17 ਗ੍ਰੇਡ ਦੇ ਅਫਸਰ ਦੀ, CSS ਦੀ। ਹਾਂ, ਇਹ ਗੱਲ ਹੋ ਸਕਦੀ ਹੈ ਕਿ ਜਿਸ ਟਾਈਮ ਬੰਦਾ ਇਮਤਿਹਾਨ ਪਾਸ ਕਰ ਲਵੇ, ਸਿਲੈਕਸ਼ਨ ਹੋ ਜਾਵੇ, ਅਤੇ ਫਿਰ ਅਗਰ ਕੋਈ ਅਫਸਰ ਹੈ ਉੱਤੇ ਉਤਲੇ ਲੈਵਲ 'ਤੇ, ਅਗਰ ਉਹ MDA ਕਾਦੀਆਨੀ ਹੈ ਅਤੇ ਉਹ ਉਸਨੂੰ ਕੋਈ ਸਪੋਰਟ ਕਰ ਜਾਵੇ ਤਾਂ ਉਹ ਠੀਕ। ਇਸ ਤੋਂ ਇਲਾਵਾ ਐਡੀ ਗੱਲ ਕੋਈ ਨਹੀਂ। ਮੈਂ ਮਲਕ ਕੈਸਰ ਸਾਹਿਬ, ਸਨ 2000 ਚ ਭਰਤੀ ਹੋਇਆ ਸੀ ਸੈਕੰਡ ਲੈਫਟੀਨੈਂਟ, ਤੇ ਬੜਾ ਜਿਹਾ ਤਿਆਰੀ ਕੀਤੀ ਸੀ ਮੈਂ। ਹਾਂਜੀ, ਇਸੇ ਤਰ੍ਹਾਂ ਫੌਜ ਚ ਅਗਰ ਜਿਹੜੀ ਭਰਤੀ ਹੁੰਦੀ ਹੈ ਉਹ ਤੇ ਇਸ ਤੋਂ ਯਾਰ ਯਾਰੀਆਂ ਨਾ ਮਾਰ ਹੈ, ਕਸਮ ਖੁਦਾ ਦੀ ਸ਼ੇਬ ਲਾਨਤ ਉਸ ਬੰਦੇ ਤੇ ਜਿਹੜਾ ਯਾਰੀਆਂ ਮਾਰਦਾ ਹੈ। ਤੱਲਾ ਸਾਹਿਬ ਦੇ ਕੋਈ ਗੱਲ ਕੀਤੀ ਹੁੰਦੀ ਨਾ ਤੂੰ, ਉਹਨਾਂ ਹੀ ਕਹਿਣ ਦੇ ਯਾਰ ਯਾਰੀਆਂ ਨਾ ਮਾਰ। ਮੈਂ ਸਨ 2000 ਤੋਂ ਲੈ ਕੇ ਨਾ ਤੇ ਸਨ 2005 ਦੇ 7ਵੇਂ ਮਹੀਨੇ ਤੱਕ ਜੌਬ ਕੀਤੀ ਆ ਪਾਕਿਸਤਾਨ ਆਰਮੀ ਦੀ। ਇਸ ਦੇ ਵਿੱਚ ਤੁਸੀਂ ਇਹ ਵੀ ਦੇਖ ਲਓ ਗੱਲ ਫੇਰ ਤੇ ਜਿਹੜਾ ਦਫ਼ਤਰ ਇਮਤਿਹਾਨ ਲੈਂਦਾ ਹੈ CSS ਦਾ, ਉਸਦਾ ਨਾਂ ਹੈ ਫੈਡਰਲ ਪਬਲਿਕ ਸਰਵਿਸ ਕਮਿਸ਼ਨ। ਹਾਂਜੀ, ਤੇ 5 ਸਾਲ ਉਸਦਾ ਜਿਹੜਾ ਚੇਅਰਮੈਨ ਹੈ ਨਾ ਉਹ ਰਾਣਾ ਭਗਵਾਨ ਦਾਸ ਰਿਹਾ ਹੈ। ਉਹ ਹਿੰਦੂ ਸੀ ਰਾਣਾ ਭਗਵਾਨ ਦਾਸ, ਚੀਫ ਜਸਟਿਸ ਵੀ ਪਾਕਿਸਤਾਨ ਵੀ ਰਿਹਾ। ਤੇ ਮੈਂ ਕਹਿਣਾ ਇਤਨੀ ਕੋਈ ਸਖਤੀ ਸੀ ਨਾ, ਓ ਹੋ ਹੋ ਹੋ। ਲੇਕਿਨ ਬੱਚੇ ਜਿਹੜੇ CSS ਕਰਕੇ ਆਉਂਦੇ ਨੇ ਉਹ ਨਜ਼ਰ ਆ ਜਾਂਦੇ ਨੇ, ਬੜੇ ਗਰੀਬ ਘਰਾਣਿਆਂ ਤੋਂ ਆਉਂਦੇ ਨੇ, ਆਮ ਜੇ ਬੰਦੇ, ਅੱਛੇ ਘਰਾਣਿਆਂ ਤੋਂ ਵੀ ਆਉਂਦੇ ਨੇ, ਆਮ ਤੋਂ ਵੀ ਆਉਂਦੇ ਨੇ। ਅਤੇ ਮੈਂ 10 ਸਾਲ ਸਰਕਾਰੀ ਮੁਲਾਜ਼ਮ ਰਿਹਾ ਵਾਂ, ਉਹ ਵੀ ਪ੍ਰਾਈਮ ਮਿਨਿਸਟਰ ਹਾਊਸ 'ਚ। ਅਤੇ 10 ਸਾਲ ਸਰਕਾਰੀ ਮੁਸਲਮਾਨ ਰਿਹਾ? ਹਾਂਜੀ। ਤੇ ਹੁਣ ਸਾਨੂੰ ਕੋਈ ਨਾ ਦੱਸੇ ਕਿ ਭਰਤੀਆਂ ਕਿੰਝ ਹੁੰਦੀਆਂ। ਹਾਂ, ਛੋਟੇ ਗ੍ਰੇਡ ਦੀ ਭਰਤੀ ਜਿਹੜੀ ਹੈ 15 ਗ੍ਰੇਡ ਦੀ, 14 ਗ੍ਰੇਡ ਦੀ, 11 ਗ੍ਰੇਡ ਦੀ, ਉਹ ਬਗੈਰ ਸਿਫਾਰਿਸ਼ ਤੋਂ ਕੋਈ ਵੀ ਨਹੀਂ ਹੁੰਦੀ, ਉਹ ਸਾਰੀ ਜੀ ਆਉਂਦੇ ਨੇ ਸਿਫਾਰਸ਼ੀ। ਉਹ ਤਾਂ ਸਾਰਾ ਕੋਟਾ ਹੁੰਦਾ ਨਾ ਮਲਕ ਕਾਸਰ ਸਾਹਿਬ। ਹਾਂ, ਉਹ ਸਿਫਾਰਸ਼ੀ ਆਉਂਦੇ ਨੇ। ਮੁਸ਼ਰਫ ਦੌਰ ਦੇ ਵਿੱਚ FIA ਦੇ ਵਿੱਚ ਇੰਸਪੈਕਟਰ ਦੀ ਭਰਤੀਆਂ ਹੋਈਆਂ ਸਨ ਕੋਈ 2-2.5 ਹਜ਼ਾਰ। ਇੱਕ ਬੰਦਾ ਐਸਾ ਨਹੀਂ ਸੀ ਜਿਹੜਾ ਸਿਫਾਰਿਸ਼ 'ਤੇ ਆਇਆ, ਸਭ ਮੈਰਿਟ 'ਤੇ ਆਇਆ, ਸਭ ਬਿਲਕੁਲ ਟਨਾ ਟਨ ਮੈਰਿਟ 'ਤੇ, ਜਿਨ੍ਹਾਂ ਨੇ ਇਮਤਿਹਾਨ ਪਾਸ ਕੀਤਾ ਭਰਤੀ ਹੋ ਗਈ। ਲੇਕਿਨ ਜਿਹੜੀ ਗੱਲ ਉਹਨਾਂ ਨੇ ਸ਼ੁਰੂ ਵਿੱਚ ਕੀਤੀ ਸੀ ਆਮ ਆਦਮੀ ਨੇ, ਉਸ ਗੱਲ ਦੇ ਵਿੱਚ ਵੀ ਤਾਂ ਮਲਕ ਸਾਹਿਬ ਸੱਚਾਈ ਹੈ ਨਾ, ਜਿਹੜੀ ਸੱਚਾਈ ਜਿਤਨੀ ਅਸੀਂ ਮੁਹਾਲਫਤ ਇਹਨਾਂ ਦੀ ਕਰਨੇ ਆ ਜਮਾਤ ਉਤਨਾ ਉਹਨੂੰ ਕੈਸ਼ ਕਰਦੀ ਹੈ। ਮਤਲਬ ਦੇਖੋ ਗੱਲ ਇਸ ਤਰ੍ਹਾਂ ਹੈ ਨਾ ਕਿ ਜਮਾਤ ਬੈਠੀ ਹੈ ਸਾਰੀ ਬਾਹਰ ਦੇ ਮੁਲਕ 'ਚ। ਹਾਂ ਠੀਕ ਹੈ, ਉਹ ਬਾਹਰ ਬੈਠੇ ਨੇ, ਆਪਣਾ ਉਹਨਾਂ ਨੇ ਇੱਕ ਸਿਸਟਮ ਬਣਾ ਲਿੱਤਾ ਹੈ, ਹੁਣ ਉਸ 'ਚੋਂ ਬਾਹਰ ਆਉਣਾ ਕੋਈ ਇਤਨਾ ਆਸਾਨ ਗੱਲ ਨਹੀਂ ਹੁੰਦੀ। ਆਪਣੇ ਕੀਦੇ ਚੇਂਜ ਕਰਨਾ ਨਾ ਬੜੀ ਮੁਸ਼ਕਲ ਚੀਜ਼ ਹੈ। ਚਲੋ ਵੈਸੇ ਇਸ ਸਵਾਲ ਦਾ ਸਾਕੀ ਕੋਲ ਪੁੱਛ ਲੈਣੇ ਨੇ, ਵੀ ਇੰਟੈਲੀਜੈਂਟ ਬੰਦਾ ਹੈ ਸਾਕੀ, ਤੂੰ ਕੀ ਸਮਝਣਾ ਕਿ ਸਾਡੀ ਮੁਹਾਲਫਤ ਮਤਲਬ ਹੈਲਪ ਕਰਦੀ ਹੈ ਜਮਾਤ ਦੇ ਉੱਤੇ ਵਾਲੇ ਬੰਦਿਆਂ ਨੂੰ ਕੈਸ਼ ਕਰਨ 'ਚ? ਉਹਨਾਂ ਨੇ ਬਚਪਨ ਤੋਂ ਹੀ ਨਾ ਆਪਣੇ ਬੱਚਿਆਂ ਨੂੰ ਰਾਜਾਂ ਨੂੰ ਸੁਹਾਰੀ ਹੈ ਤਾਂ ਮੈਂ ਬਾਅਦ 'ਚ ਕਰਨਾ। ਬਚਪਨ ਤੋਂ ਹੀ ਆਪਣੇ ਬੱਚਿਆਂ ਦੇ ਦਿਮਾਗਾਂ 'ਚ ਪਾ ਦਿੰਦੇ ਨੇ ਬਈ ਮੌਲਵੀ ਜੈਸਾ ਜ਼ਾਲਮ ਬੰਦਾ ਦੁਨੀਆਂ 'ਤੇ ਕੋਈ ਨਹੀਂ, ਇਹ ਉਹ ਵੀ ਕਰਦੇ ਨੇ। ਠੀਕ ਹੈ, ਸਾਡੇ ਲਈ ਮਸਲਾ ਇਹ ਹੈ ਨਾ ਕਿ ਦੇਖੋ ਸਾਡੇ ਲਈ ਇਹ ਕੋਈ ਨਈ ਚੀਜ਼ ਨਹੀਂ ਹੈ, ਸਾਡੇ ਲਈ ਇਹਨਾਂ ਦੀ ਤਾਦਾਦ ਜਾਂ ਇਹਨਾਂ ਦੀ ਇਤਨੀ ਕੋਈ ਇੰਪੋਰਟੈਂਸ ਨਹੀਂ ਹੈ। ਸਾਡੇ ਜ਼ਿਆਦਾ ਵੱਡੇ ਮਸਲੇ ਹੋਰ ਨੇ, ਜਿਸ ਤਰ੍ਹਾਂ ਸ਼ੀਆ ਸੁੰਨੀ ਦਾ ਮਸਲਾ ਹੈ ਜਾਂ ਵਾਬੀ ਸੁੰਨੀਆਂ ਦਾ ਮਸਲਾ ਹੈ, ਇਹ ਸਾਡੇ ਬੜੇ ਮਸਲੇ ਜ਼ਿਆਦਾ ਨੇ, ਇਹ ਛੋਟੇ ਮੋਟੇ ਮਸਲੇ ਸਾਡੇ ਲਈ ਕੋਈ ਇਤਨੀ ਬੜੀ ਗੱਲ ਨਹੀਂ ਹੈ। ਤਾਂ ਹੀ ਸਾਡੇ ਕੋਲ ਇਹ ਜ਼ਿਆਦਾ ਕੋਈ ਕਿਸੇ ਨੂੰ ਪੁੱਛੋ ਵੀ ਨਾ, ਬਲਕਿ ਪਾਕਿਸਤਾਨ ਦੀ
30% ਆਬਾਦੀ ਐਸੀ ਹੈ, ਉਸਨੂੰ ਪੁੱਛੋ ਨਾ ਕਿ ਮਰਜ਼ਾਈ ਕੌਣ ਨੇ, ਉਹ ਕਹੇਗਾ ਸਾਨੂੰ ਕੀ ਪਤਾ ਕੌਣ ਨੇ ਭਾਈ। ਲੋਕਾਂ 'ਚ ਇਤਨੀ ਅਵੇਅਰਨੈਸ ਹੀ ਨਹੀਂ ਹੈ। ਉਹ ਮੈਂ ਮੰਜੀ ਕਿੱਥੇ ਡਾਵਾਂ, ਜੀ ਜੀ ਕਿੱਥੇ ਡਾਓਗੇ ਤੁਸੀਂ ਮੰਜੀ ਦੱਸੋ। ਮੰਜੀ ਯਾਰ ਮੈਨੂੰ ਗੱਡੀ ਪਾਰਕਿੰਗ ਨਹੀਂ ਲੱਭ ਰਹੀ, ਪ੍ਰੋਬਲਮ ਹੈ। ਤੁਸੀਂ ਰਾਤ ਸਾਰੀ ਤੇ ਜਾਗੇ ਹੋਏ ਹੋ? ਮੈਂ ਹੁਣ ਗੱਡੀ ਸੋ ਜੋ ਗੱਡੀ ਆ ਰਿਹਾ ਜਰਮਨੀ ਚ ਹੁਣ। ਓਕੇ ਟਾਈਮ ਹੋਇਆ ਉੱਥੇ ਸਾਡੇ ਕੋਲ ਹੁਣ ਹੋ ਗਏ ਨ 4:34 ਚਾਰ ਕਿੱਥੇ ਵੰਜ ਨਾ ਚਾਰ ਪਤਾ ਨੀ ਕਿੱਥੇ ਕਿੱਥੇ ਨਹੀਂ ਵੱਜੇ। ਇਹ ਦੱਸ ਗੱਡੀ ਲੈ ਲਈ ਏ? ਗੱਡੀ ਲੈ ਲਈ ਏ, ਤੁਹਾਨੂੰ ਗੱਡੀ ਵਿਖਾਵਾਂ? ਵਿਖਾਓ ਨਾ। ਵੱਡੀ ਤੇ ਸਕਰੀਨ ਵੱਡੀ ਤੇ ਕਰੋ। ਇਹਦਾ ਕੀ ਕਰੋਗੇ ਹੁਣ? ਇਹ ਲਈਏ ਰਾਹ ਤੇ। ਮੁਬਾਰਕ ਹੋਵੇ ਫੇਰ ਤੇ। ਖੈਰ ਮੁਬਾਰਕ। ਵਾਹ ਤੇ ਪੂਰੀ ਲਗਜ਼ਰੀ ਗੱਡੀ ਲੈ ਲਈ। ਹੁਣ ਹੀ ਲੈ ਕੇ ਜਿਹੜਾ ਇਹਨੇ ਪਹੁੰਚਿਆ ਦੂਸਰੀ ਗੱਡੀ ਇਹਨੂੰ। ਇੰਨੀ ਗੱਡੀਆਂ ਕੀ ਕਰ ਸੋ? ਨਹੀਂ ਉਹ ਗੱਡੀ ਜਿਹੜੀ ਹੈ ਨਾ ਟੈਕਸੀ ਹੁਣ ਲਈ ਏ, ਉਹ ਵੀ ਲੀਮੋ ਹੈ? ਲੀਮੋ ਹੈ? ਨਹੀਂ ਨਹੀਂ ਇਹ ਜਿਹੜੀ ਮੈਂ ਵੇਖੋ। ਅੱਛਾ ਅੱਛਾ ਇਹ ਬਕਸਾ ਟਾਈਪ ਹੈ, ਜਿਸ ਤਰ੍ਹਾਂ ਪਾਕਿਸਤਾਨ ਨਹੀਂ ਆਉਂਦੀਆਂ IS ਬਕਸਾ। ਆਹੋ ਨਹੀਂ ਇਹ ਯਾਰ ਤੁਹਾਡੇ ਕੋਲ ਕੋਈ ਨਹੀਂ ਆਉਂਦੀ ਮਰਸੀਡੀਜ਼ ਵੈਨ ਉੱਥੇ? ਨਹੀਂ ਸਾਡੇ ਹਾਲ ਤੇ ਮੈਂ ਨਹੀਂ ਵੇਖੀਆਂ। ਇਹ 7 ਸੀਟਰ ਹੈ? ਹਾਂ ਵੈਨ ਤੇ ਉਦੋ ਲੈਂਦਾ ਹੈ ਜੀ ਉਬਰ। ਹਾਂਜੀ ਉਬਰ ਕੇ ਨਾ ਸੋ ਇੱਥੇ ਸਾਡੇ ਕੋਲ ਤਾਂ ਉਹਨੂੰ ਆਦਨ ਉਬਰ ਬਰਲਿਨ। ਅੱਛਾ ਤੁਹਾਡੇ ਕੋਲ ਹੋਰ ਆਪਸ਼ਨ ਹੈ ਡਿਫਰੈਂਟ। ਤੇ ਕਿੰਨੇ ਪੈਸੇ ਕਮਾਓਗੇ ਮਹੀਨੇ ਦੇ ਹਫਤੇ ਦੇ ਇਸ ਤੋਂ? ਆ ਦੁਆ ਚਾਹੀਦੀ ਹੈ, ਗੁਣ ਸੀਜ਼ਨ ਆ ਰਿਹਾ ਨਾਲੇ ਓਲੰਪਿਕਸ ਹੀ ਹੋ ਰਹੇ ਨਾ, ਤੇ ਜੋ ਅੱਲਾਹ ਤਾਲਾ ਨੇ ਦੇ ਦਿੱਤਾ ਹਫਤੇ ਦੇ 2000 ਯੂਰੋ ਕਮਾ ਲੋਗੇ? ਹਫਤੇ ਦੇ 2000 ਯੂਰੋ ਤੇ ਮੈਂ ਛੋਟੀ ਗੱਡੀ ਤੇ ਮੈਂ 4000 ਯੂਰੋ ਕਮਾਇਆ ਛੋਟੀ ਗੱਡੀ ਤੇ ਮਲਿਕ ਸਾਹਿਬ ਹਫਤੇ ਦਾ।
ਹਾਂਜੀ ਸਹੀ ਹੋ ਯਾਰ, ਤੁਸੀਂ ਛਾ ਗਏ ਹੋ। ਕੰਮ ਠੀਕ ਹੈ ਇੱਥੇ ਜਿਹੜਾ ਹੈ ਨਾ ਉਬਰ ਦਾ। ਸਰਚਾ ਮਰਚਾ ਲੱਗੀਆਂ ਰਹਿੰਦੀਆਂ ਨੇ। ਹਾਂ ਸਰਚ ਲੱਗੀ ਰਹਿੰਦੀ ਹੈ ਸਰਚ। ਨਹੀਂ ਪਹਿਲੇ ਲੱਗਦੀ ਹੈ ਸਰਚ ਤੇ ਹੁਣ ਤਾਂ ਉਹਨੀ ਕੰਮ ਬਹੁਤ ਜ਼ਿਆਦਾ ਢਿੱਲਾ ਹੈ ਨਾ। ਪਹਿਲੇ ਸਰਜ ਚ ਇੱਕ ਦਿਨ ਮੈਂ ਘਰ ਚ ਆਇਆ ਸੀ ਪੈਰਸ ਦੇ ਵਿੱਚੋਂ ਏਅਰਪੋਰਟ ਤੇ ਲੈ ਕੇ ਗਿਆ ਮੂੰ 37 ਮਿੰਟਾਂ ਚ ਮੈਂ ਉਹਨੂੰ ਛੱਡਿਆ ਹੀ 216 ਯੂਰੋ ਆਇਆ ਜੀ। ਓਏ ਹੋਏ ਹੋਏ ਇਹ ਜਿਹੜੀ ਗੱਡੀ ਨੇ ਮਰਸੀਡੀਜ਼ ਵੈਨ ਹੈ ਨਾ ਜਿਹੜੀ ਇਹ ਆਉਂਦੀ ਹੈ ਜਿਹੜੀ ਇੱਕ ਹੁੰਦੀ ਨੇ ਲਕਸ਼ਰੀ ਤੋਂ ਸਕਣ ਟ੍ਰਿਪ ਉਹ ਸਿੱਖੀ ਆਉਂਦੀ ਹੈ। ਤੇ ਕਿੰਨੇ ਮਾਈਲ ਚੱਲੀ ਹੋਈ ਹੈ? ਇਹ ਚੱਲੀ ਹੋਈ ਜੀ 1,75,000 ਹੁਣ ਅਸੀਂ 688 ਚਲਾ ਲਿਆ। ਬੜੇ ਮਾਈਲ ਚੱਲੇ ਦੇ ਨੇ ਇਸ ਤੇ ਯਾਰ, ਇੰਨੇ ਤੇ ਅਸੀਂ ਅਮਰੀਕਾ ਚ ਗੱਡੀ ਚੁੱਕ ਕੇ ਸਾੜ ਦਿੰਦੇ ਹਾਂ। 1,75,000 ਲੱਖ ਤੋਂ ਉੱਤੇ ਗੱਡੀ ਚੱਲ ਜਾਏ, ਲੱਖ ਚੱਲ ਜਾਵੇ ਨਾ ਤੇ ਇੱਥੇ ਅਮਰੀਕਾ ਚ ਅਗਲੇ ਗੱਡੀ ਨਹੀਂ ਰੱਖਦੇ, ਲੱਖ ਤੋਂ ਪਹਿਲੇ ਪਹਿਲੇ ਹੀ ਉਡਾ। ਗੱਡੀ ਲੱਖ ਚੱਲ ਜਾਏ ਤੇ ਗੱਡੀ ਦੇ ਲੱਖ ਭੱਜ ਜਾਂਦਾ। ਇਹ 1,75,000 ਚੱਲੀ ਹੋਈ ਹੈ ਸਾਡੇ ਕੋਲ, ਮੈਂ ਅਗਲੇ ਦਿਨ ਗੱਡੀ ਡਿੱਠੀ ਉਹ 8.5 ਲੱਖ ਕਿਲੋਮੀਟਰ ਚੱਲੀ ਹੋਈ ਆਈ ਤੇ ਵਾਧੀ ਉਸ 22,000। ਅੱਛਾ ਕਿਲੋਮੀਟਰ ਹੈ ਨਾ, ਕਿਲੋਮੀਟਰ ਹਾਂ 22,000 ਉਸ ਲਾਏ ਹੋਏ, ਯਾਨੀ ਕਿ ਫੇਰ ਵੀ ਅਸਾ ਅਸਲੀ ਸਾਡੇ ਕੋਲ ਮਾਈਲ ਯਾਰ ਕਿਲੋਮੀਟਰ ਦਾ ਹਿਸਾਬ ਲਾਈ ਨਾ ਯੂਸਫੀ ਸਾਹਿਬ। ਉਹ ਮੇਰੇ ਲਈ ਇਹ ਜਿਹੜੀ ਮਰਸੀਡੀਜ਼ ਗੱਡੀ ਹੈ ਯਾਰ 4-5 ਉਹ ਇਹ ਜਿਹੜੀ ਮੇਰੇ ਕੋਲ ਪਿੱਛੇ ਖਲੀ ਹੈ। ਅੱਛਾ ਮਲਕ ਸਾਹਿਬ ਇੱਕ ਗੱਲ ਦੱਸੋ ਜੀ ਜੀ, ਮਲਕ ਇਮਰਾਨ ਸਾਹਿਬ ਨੂੰ ਯਾਰ ਫਿਰ ਪੂਰਾ ਨਾਮ ਲਿਆ ਕਰੋ, 36 ਮਲਕ ਬੈਠਾ ਹੁੰਦਾ ਇੱਥੇ ਜਰਮਨੀ ਦੇ। ਓ ਸੋਰੀ 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 ਸੋਰੀ, ਮਲਕ ਇਮਰਾਨ ਸਾਹਿਬ ਜੀ ਜੀ, ਗੱਡੀ ਦੇ $50,000 ਤੁਸੀਂ ਲਾ ਦਿੱਤਾ ਹੈ, 50,000 ਯੂਰੋ 52,000 ਯੂਰੋ 52,000 ਯੂਰੋ ਚਲੋ ਤੁਸੀਂ ਲਾ ਦਿੱਤਾ ਹੈ, ਤੇ ਇਹਦੇ ਵਿੱਚ ਮੰਜੀ ਡਹਿ ਜਾਏਗੀ? ਬਿਲਕੁਲ ਜਗ੍ਹਾ ਹੈ ਨਾ, ਤਾਂ ਹੀ ਤਾਂ ਲਈ ਅੱਲਾ ਨੇ। ਇੱਕ ਮਿੰਟ ਮੈਂ ਤਾਂ ਖੋਲ ਕੇ ਵੇਖਿਆ ਨਾ, ਜਗ੍ਹਾ ਵਿੱਚ ਹੈ ਐਵੇਂ। ਮੈਂ ਗੱਡੀ ਨਾ ਖੋਲ ਕੇ ਆਇਆ, ਗੱਡੀ ਬਾਅਦ ਚ ਤੁਹਾਡੇ ਕੋਲ ਜੁੜਨੀ ਨਹੀਂ ਜੇ ਗੱਡੀ ਖੋਲ ਲਈ ਇੱਥੇ ਤੁਸੀਂ। ਨਹੀਂ ਨਹੀਂ ਇਹਦੇ ਵਿੱਚ ਤੁਹਾਨੂੰ ਖੋਲ ਕੇ ਵੇਖਿਆ ਨਾ, ਇੱਕ ਮਿੰਟ ਵੇਖੋ ਨਾ ਲਾ ਲਿਓ ਇਹਦੇ ਵਿੱਚ ਪਤਾ ਨਹੀਂ ਕੀ ਕੀ ਤੁਸੀਂ ਇਹ ਵੇਖੋ। ਓਏ ਹੋਏ ਇਹਦੇ ਵਿੱਚ ਤਾਂ ਬੰਦੇ ਬਹਿ ਕੇ ਪੱਤੇ ਵੀ ਖੇਲ ਸਕਦਾ ਫਿਰ ਇਹਦਾ ਮਤਲਬ। ਲੈ 10-10 ਜਾਤੇ ਹੋਵੇ ਤੇ ਏਡੀਆਂ ਬੈਠ ਜੋ ਅੱਛੀਆਂ ਸੀਟਾਂ ਨੇ ਚਮੜੇ ਦੀਆਂ, ਬਸ ਸੀਟਾਂ ਕੱਢ ਕੇ ਵੇਚਦੇ ਮਲਕ ਇਮਰਾਨ, ਸੀਟਾਂ ਦੂਸਰੀਆਂ ਲਵਾ ਲਾ। ਇਸਦੇ ਪਿੱਛੇ ਵੀ ਇਸ ਤੋਂ ਪਿੱਛੇ ਵੀ ਸੀਟਾਂ ਹਨ? ਨਹੀਂ ਇਸ ਪਿੱਛੇ ਜਿਹੜਾ ਪਿੱਛੇ ਗੱਡੀ ਹੈ ਦੂਸਰੀ, ਪਿੱਛੇ ਦੂਸਰੀ ਗੱਡੀ ਹੈ ਮਲਕ ਸਾਹਿਬ, ਪਿੱਛੇ ਦੂਸਰੀ ਗੱਡੀ ਉਹਦੀਆਂ ਆਪਣੀਆਂ ਸੀਟਾਂ ਨੇ। ਨਹੀਂ ਨਹੀਂ ਇਹ 6 ਸੀਟਰ ਤੇ ਨਹੀਂ ਹੋਣੀ ਚਾਹੀਦੀ ਆ, 7 ਸੀਟਰ, 7 ਸੀਟਰ ਇਹ 3 ਸੀਟਾਂ 6 ਪਿੱਛੂ ਹੈ ਤੇ 2 ਅੱਗੂ ਨੇ, 8 ਸੀਟਰ ਤੇ ਕਿੰਨੀਆਂ ਹੋ ਗਈਆਂ? 8 6 ਤੇ 2 8 ਇਸ ਨੂੰ 7 ਸੀਟਰ ਹੀ ਕਾਊਂਟ ਕਰ ਰਹੇ ਨੇ ਮਲਕ ਸਾਹਿਬ। ਮਲਕ ਸਾਹਿਬ ਇਹ ਤੁਸੀਂ ਤੇ ਕਿੰਨੀਆਂ ਹੋ ਗਈਆਂ ਸੀਟਾਂ? ਆ ਖਲੋ ਜਾ ਰਾਜਾ ਯਾਰ, ਮੇਰੀ ਗੱਲ ਮੈਂ ਚੁੱਪ ਕਰ,
ਔਰ ਰਾਜਾ ਸਾਹਿਬ, ਮਲਕ ਸਾਹਿਬ, ਇਹ ਗੱਡੀ ਦੁਬਈ ਦੇ ਵਿੱਚ ਅਗਰ ਆਉਂਦੀ ਨਾ ਤਾਂ ਇਹਨੇ 5-ਸੀਟਰ ਹੋਣਾ ਸੀ, ਕਿਉਂਕਿ ਇੱਥੋਂ ਉਹ ਸੀਟਾਂ ਕਢਾ ਕੇ ਨਾ ਅਤੇ ਵੱਡੇ ਸੋਫੇ ਰਖਾਉਂਦੇ ਨੇ ਵਿੱਚ, ਜਿਵੇਂ ਉਹਦੇ 'ਚ ਰੋਲ ਸਾਈਜ਼ ਨਹੀਂ ਹੁੰਦੀ ਜਾਂ ਮੇ ਬੈਕ ਦੀ, ਚਾਰ ਹੀ ਹੋਣੀਆਂ ਸੀ ਮੇਰਾ ਖਿਆਲ, ਦੋ ਸਾਹਮਣੇ ਅਤੇ ਦੋ ਇੱਧਰ। ਚਿਸ਼ਤੀ ਸਾਹਿਬ ਆਏ ਬੜੇ ਅਰਸੇ ਤੋਂ ਬਾਅਦ ਯਾਰ, ਉਹ ਚਿਸ਼ਤੀ ਸਾਹਿਬ ਕਿੱਥੇ ਰਹਿ ਗਏ ਹੋ ਤੁਸੀਂ? ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹ। ਯਾਰ ਬਾਬਰ ਮੇਹਰ ਸਾਹਿਬ ਆਏ ਨੇ, ਇਹਨਾਂ ਨਾਲ ਇਸਲਾਮ ਦੁਆ ਕਰੋ ਤੇ ਐਪਰੀਸ਼ੀਏਟ ਕਰੋ। ਇਹਨਾਂ ਨੇ ਤਕਰੀਬਨ 1000 ਵੀਡੀਓਜ਼ ਲਗਾ ਦਿੱਤੀਆਂ ਨੇ ਰਿਕਾਰਡ ਕਰਕੇ ਨਾ, ਇਹ ਡਿਬੇਟਾਂ ਦੀਆਂ ਆਪਣੀ ਯੂਟਿਊਬ ਤੇ। ਬੜਾ ਕੰਮ ਕੀਤਾ ਇਹਨਾਂ, ਬੜਾ ਕੰਮ ਕੀਤਾ, ਵੈਰੀ ਗੁੱਡ ਯਾਰ। ਵਾਲੇਕੁਮ ਸਲਾਮ। ਕਿਉਂਕਿ ਉਹ ਇਹਨਾਂ ਨੂੰ ਮੁਰਤਦ ਸਮਝਦੇ ਨੇ, ਤੇ ਇਹ ਉਹਨਾਂ ਨੂੰ ਮੁਰਤਦ ਸਮਝਦੇ ਨੇ। ਹਾਂਜੀ। ਅੱਛਾ, ਵੈਸੇ ਉਹ ਜੰਬਾ ਸਾਹਿਬ ਜਿਹੜੇ ਨਾ, ਉਹ ਇਹਨਾਂ ਨੂੰ ਯਹੂਦੀ ਸਮਝਦੇ ਨੇ। ਗੱਲ ਬੜੀ ਅਜੀਬ ਹੈ ਮਲਕ ਕੈਸਰ ਸਾਹਿਬ। ਹਾਂਜੀ। ਕਿ ਅਗਰ ਕੋਈ ਬੰਦਾ ਅਹਿਮਦੀ ਜਮਾਤ ਛੱਡ ਦੇਵੇ ਤੇ ਇਹਨੂੰ ਉਹ ਇਹਨਾਂ ਨੂੰ ਉਸ ਬੰਦੇ ਨੂੰ ਬਿਲਾ ਜੱਜਕ ਬੇਦੜਕ ਮੁਰਤਦ ਕਹਿੰਦੇ ਨੇ। ਮਿਸਾਲ ਦੇ ਤੌਰ ਤੇ ਮੈਂ ਇੱਥੇ ਇੱਕ ਮਿਸਾਲ ਪੇਸ਼ ਕਰਨ ਲਾ, ਦੋ ਬੰਦੇ ਤਿੰਨ ਸਾਡੇ ਕੋਲ ਆਉਂਦੇ ਨੇ ਨਾ ਜਿਹਨਾਂ ਨੇ ਜਮਾਤ ਨੂੰ ਛੋੜਿਆ, ਐਸ ਏ ਚੌਧਰੀ ਸਾਹਿਬ, ਉਹਨੂੰ ਇਹ ਮੁਰਤਦ ਕਹਿੰਦੇ ਨੇ। ਫਿਰ ਉਸ ਤੋਂ ਬਾਅਦ ਉਹ ਭੱਟ ਸਾਹਿਬ ਨੇ, ਉਹਨਾਂ ਨੂੰ ਇਹ ਮੁਰਤਦ ਕਹਿੰਦੇ ਨੇ ਕਿ ਇਹ ਫਿਰ ਗਏ ਨੇ ਜਮਾਤ। ਤੇ ਅਸੀਂ ਜਿਹੜੇ ਇਹਨਾਂ ਨੂੰ ਕਹੀਏ ਕਿ ਜਿਹੜਾ ਇਸਲਾਮ ਤੋਂ ਫਿਰੇ ਨੇ ਇਹ ਮੁਰਤਦ ਨੇ, ਤੇ ਇਹ ਗੁੱਸਾ ਕਰਦੇ ਨੇ ਫਿਰ, ਇਹ ਕੀ ਗੱਲ ਹੈ? ਗੱਲ ਤਾਂ ਬੜੀ ਗਿਆਨੀ ਹੈ। ਗੱਲ ਤੇ ਤੁਹਾਡੀ ਵਜ਼ਨ ਹੈ, ਜਗ੍ਹਾ ਬਣਾਓ। ਇੱਕ ਬੰਦਾ ਕਹਿ ਰਿਹਾ ਮੈਨੂੰ ਉੱਤੇ ਆਣਾ। ਰਾਜਾ ਸਾਹਿਬ ਸੋ ਗਏ ਇਹਨਾਂ ਨੂੰ ਥੱਲੇ ਵੜੇ, ਰਾਜਾ ਸਾਹਿਬ ਸੋ ਗਏ ਨੇ ਮੇਰੇ ਖਿਆਲ ਉਹਨਾਂ ਨੂੰ। ਨਹੀਂ, ਲਹਾ ਦਿਓ, ਮੈਂ ਲਹਾ ਦਿਓ, ਮੈਂ ਹੁਣ ਜਿਹੜਾ ਨਾ ਆਪਣਾ ਕਰ ਦਿੰਦੀ ਹਾਂ। ਨਹੀਂ 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 ਨਾ, ਮਲਕ ਸਾਹਿਬ ਸੋਣਾ ਕੋਈ ਨਹੀਂ ਹੁਣ, ਹੁਣ ਜਾਗਦੇ ਰਹੋ। ਨਹੀਂ ਨਹੀਂ ਨਹੀਂ, ਮਲਕ ਸਾਹਿਬ ਯਾਰ, ਨਹੀਂ ਨਹੀਂ, ਮਲਕ ਸਾਹਿਬ, ਮਲਕ ਸਾਹਿਬ, ਮਲਕ ਇਮਰਾਨ ਸਾਹਿਬ ਜਿਹੜਾ ਨਾ ਉਹ ਸ਼ਰੀਫ ਆਦਮੀ ਨੇ, ਉਹਨਾਂ ਨੂੰ ਤੁਸੀਂ ਲਾ ਦਿਓ ਥੱਲੇ। ਉਹ ਰਾਜਾ ਸਾਹਿਬ ਦਾ ਮਾਈਕ ਓਪਨ ਹੋਇਆ ਜੀ, ਰਾਜਾ ਸਾਹਿਬ ਜਾਗਦੇ ਜੀ। ਰਾਜਾ ਸਾਹਿਬ, ਰਾਜ ਸਾਹਿਬ ਸੁੱਤੇ ਨੇ ਯਾਰ, ਸੁੱਤੇ ਨੇ, ਲੇਕਿਨ ਮਾਈਕ ਉਹਨਾਂ ਦਾ ਓਪਨ ਹੈ। ਕੋਈ ਗੱਲ ਨਹੀਂ, ਲੇਕਿਨ ਐਨ ਸੁੱਤੇ ਹੋਏ। ਔਰ ਮਲਕ ਸਾਹਿਬ ਠੀਕ ਹੋ? ਚਿਸ਼ਤੀ ਸਾਹਿਬ ਤੁਸੀਂ ਕਿੱਥੇ ਰਹੇ ਹੋ ਇਤਨਾ ਅਰਸਾ? ਕਿੱਥੇ ਰਹੇ ਹੋ ਇਤਨਾ ਅਰਸਾ? ਮੈਂ ਮਸਰੂਫ ਰਿਹਾ, ਕੋਈ ਮੈਂ ਕੰਮ ਲਈ ਵਧਾ ਇੱਕ ਆਪਣਾ। ਅੱਛਾ, ਮਦਰਸਾ ਬਣਾ ਰਿਹਾ, ਮਦਰਸਾ ਆਪਣਾ, ਆਪਣੇ ਸ਼ਹਿਰ। ਅੱਛਾ, ਮੀਆਂ ਵਾਲੀ, ਮੀਆਂ ਵਾਲੀ ਤੇ ਬਣ ਗਿਆ ਯਾਰ। ਇਹ ਮਲਕ ਸਾਹਿਬ ਅਨਲਿਮਿਟਿਡ ਆਈਡੀ ਨਜ਼ਰ ਆ ਰਹੀ ਹੈ ਤੁਹਾਨੂੰ? ਜੀ ਜੀ ਜੀ। ਇਹਨਾਂ ਨੂੰ ਤੇ ਚੁੱਕੋ, ਉੱਤੇ ਚੁੱਕ ਲਿੱਤਾ ਜਨਾਬ, ਤੇ ਹੁਣ ਕੰਮ ਸ਼ੁਰੂ ਕੀਤਾ ਮਦਰਸੇ ਦਾ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ, ਮੁਬਾਰਕਾਂ ਹੋਣ ਜੀ, ਫਿਰ ਤੇ ਅੱਲਾ ਬਰਕਤ ਦੇਵੇ। ਹੋਰ
ਆਮੀਨ ਆਮੀਨ। ਖੈਰ ਮੁਬਾਰਕ ਨਾਰਾਜ਼ਗੀ ਮਾ ਬੜਾ ਅਰਸਾ ਹੋ ਗਿਆ, ਮੈਂ ਜਿਹੜਾ ਨਾ ਇੱਕ ਦੋ ਮਰਤਬਾ ਟਿਕਟੋਕ ਆਨ ਕੀਤੀ ਹੈ। ਅੱਛਾ, ਤੇ ਫਿਰ ਮੈਂ ਟਾਈਮ ਨਹੀਂ ਮਿਲਣਾ, ਫਿਰ ਅੱਜ ਕੋਈ ਟਾਈਮ ਮਿਲਿਆ ਮੈਂ ਚਲੋ ਰਾਬਤਾ ਕਰ ਲਵਾਂ ਮਲਿਕ ਸਾਹਿਬ ਨਾਲ, ਹਾਲ ਵਾਲ ਚਾਲ ਲਵਾਂ ਕਿਸ ਤਰ੍ਹਾਂ। ਤੇ ਰਮਜ਼ਾਨ ਸ਼ਰੀਫ ਕਿਸਾ ਗੁਜ਼ਰਿਆ? ਅੱਲਾ ਦਾ ਬੜਾ ਸ਼ੁਕਰ ਹੈ, ਬਸ ਇੰਜ ਬੈਠੇ ਬੈਠੇ ਲੰਘ ਗਿਆ। ਅੱਛਾ, ਪਤਾ ਵੀ ਨਹੀਂ। ਈਦ ਵੀ ਇੰਜ ਬਸ ਪਰਦੇਸਾਂ ਵਿੱਚ ਬੈਠਿਆਂ ਦੀ ਕਿਹੜੀ ਈਦ ਹੁੰਦੀ ਹੈ। ਤੇ ਹੁਣ ਪਾਕਿਸਤਾਨ ਕਦੋਂ ਆਉਣਾ ਨੇ ਤੁਸੀਂ? ਆਖੇ ਰਮਜ਼ਾਨ ਸ਼ਰੀਫ ਤੋਂ ਬਾਅਦ ਆਸੂ, ਅੱਲਾ ਖੈਰ ਆਉਣਾ ਤੇ ਬਈ। ਹਾਂ, ਮੈਂ ਪਲਾਨ ਬਣਾ ਤੇ ਰਿਹਾ ਇਨਸ਼ਾਅੱਲਾ। ਬੜੀ ਈਦ ਤੇ ਨਾ ਮੇਰੇ ਪਹਿਲੇ ਬਣ ਗਏ ਸੀ। ਹਾਂ ਇਨਸ਼ਾਅੱਲਾ ਤਾਲਾ। ਅੱਛਾ, ਹੋਰ ਬਾਕੀ ਅਮਨ ਸਕੂਨ? ਮੌਸਮ ਅੱਲਾ ਦਾ ਸ਼ੁਕਰ ਹੈ, ਬਸ ਮਿੱਠੀ ਮਿੱਠੀ ਜੀ ਸਰਦੀ ਰਹਿ ਗਈ ਹੁਣ। ਅੱਛਾ, ਐਂਡ ਲੱਗਾ ਸਰਦੀ ਦਾ ਵੀ ਤੇ ਗਰਮੀ ਆ ਰਹੀ ਹੈ। ਅੱਛਾ, ਉਤੇ ਗਰਮੀ ਜੀ ਪਾਕਿਸਤਾਨ ਗਰਮੀ ਹੋਣੀ ਇਸ ਤਰ੍ਹਾਂ ਹੋਣੀ ਹੈ ਕਿ ਨਹੀਂ? ਕਿ ਤੋ ਗਰਮੀ ਤਾਂ ਜ਼ਿਆਦਾ ਨੋ ਸੀ। ਹਾਂ, ਪਾਕਿਸਤਾਨ ਤੋਂ ਥੋੜੀ ਘੱਟ ਹੁੰਦੀ ਹੈ। ਚਲੋ ਅੱਲਾ ਤਾਲਾ ਖੈਰ ਆਣ। ਹੋਰ ਬਾਕੀ ਅਮਨ ਸਕੂਨ ਸਭ ਦੋਸਤ ਠੀਕ ਨੇ ਨਾ? ਸਭ ਸ਼ੁਕਰ ਅੱਲਾ ਤਾਲਾ, ਬੜਾ ਹੀ ਸ਼ੁਕਰ ਹੈ। ਕੋਈ ਸਾਡੇ ਲਈ ਹੁਕਮ? ਮੈਂ ਕਹਿੰਦਾ ਜੀ ਤੁਸੀਂ ਆ ਗਏ ਹੋ ਤੇ ਇਹ ਹੀ ਬੜਾ ਵੱਡੀ ਗੱਲ ਹੋ ਗਈ ਹੈ। ਤੇ ਯੂਸੀ ਸਾਹਿਬ ਵੀ ਬੈਠੇ ਨੇ। ਉਹ ਮੈਂ ਆ ਗਿਆ ਯਾਰ, ਮੈਨੂੰ ਲੱਪੜੋ ਜੀ। ਨਜ਼ਾਰੇ ਚੈੱਕ ਕਰੋ ਅੱਲਾ ਦੇ ਬੰਦੇ, ਸੁਬਹਾ ਸੁਬਹਾ ਦਾ ਟਾਈਮ ਹੈ, 7 ਵਜੇ ਨੇ, ਠੰਡੀ ਹਵਾ ਚੱਲ ਰਹੀ ਕੈਸਰ ਸਾਹਿਬ, ਇੱਥੇ ਚਾਹ ਦਾ ਕੱਪ ਹੋਵੇ ਅਤੇ ਨਾਲ ਹੁਣ ਰਸ, ਕੈਸਾ ਲੱਗਾ? ਇਹ ਕਿਹੜੀ ਜਗ੍ਹਾ ਹੈ? ਇਹ ਪਾਮ ਜੁਮੇਰ ਹੈ, ਬਿਲਕੁਲ ਯਾਨੀ ਕਿ ਸਮੁੰਦਰ ਦੇ ਉੱਤੇ ਹੈ ਸ਼ਹਿਰ। ਰਸ ਖਾ ਕੇ ਤੋ ਸਾਕੀ ਕਰ ਰਹਿਣ ਵਾਲਾ ਵੀਰ। ਦਸਿਆੜ ਜੀ ਮਾ ਸਾਹਿਬਾਂ ਦੀਆਂ ਗੱਲਾਂ ਨਾ ਕਰੋ ਸਾਡੇ ਨਾਲ, ਅਸੀਂ ਬੜਾ ਮਿੱਠੇ ਹੋਏ ਲੋਕ। ਇਹ ਆਪਣਾ ਕੈਸਰ ਬਾਈ ਪਾਮ ਜੁਮੇਰਾ ਜੀ, ਅਤੇ ਇਹ ਜਿਹੜਾ ਸ਼ਹਿਰ ਹੈ ਨਾ ਪਾਮ ਜੁਮੇਰਾ, ਇਹ ਬਿਲਕੁਲ ਸਮੁੰਦਰ ਦੇ ਉੱਤੇ ਬਣਿਆ। ਇਹਨੂੰ ਤੁਸੀਂ ਵੇਖੋਗੇ ਨਾ ਜਹਾਜ਼ 'ਚ, ਯਾਨੀ ਕਿ ਜਿਸ ਟਾਈਮ ਤੁਸੀਂ ਪਲੇਨ 'ਤੇ ਇੱਥੇ ਲੈਂਡ ਕਰਦੇ ਹੋ ਤੇ ਤੁਹਾਨੂੰ ਇਹ ਪੂਰਾ ਸ਼ਹਿਰ ਜਿਹੜਾ ਇੱਕ ਖਜੂਰ ਦੀ ਤਰ੍ਹਾਂ ਨਜ਼ਰ ਆਏਗਾ, ਖਜੂਰ ਦੇ ਦਰਖਤ ਦੀ ਤਰ੍ਹਾਂ ਨਜ਼ਰ ਆਏਗਾ। ਹਾਂਜੀ, ਇਹ ਤਾਂ ਸਿਰਫ ਇੱਕੋ ਹੀ ਰੋਡ ਹੈ ਜਿੱਥੋਂ ਜਾਣਾ ਨਹੀਂ ਹੈ ਤੇ ਆਉਣਾ। ਭਾਜ ਮੇਰਾ, ਹਾਂ ਭਾਜ ਮੇਰਾ, ਪਾਮ ਪਾਮ, ਯੂ ਨੋ ਦੈਟ, ਯੂ ਨੋ ਖਜੂਰ? ਯਾ ਯਾ, ਉਹਨੂੰ ਕਹਿੰਦੇ ਨੇ ਆ ਪਾਮ। ਦਿਸ ਇਜ਼ ਅ ਟ੍ਰੈਕ ਬ੍ਰੋ, ਯੂ ਨੋ ਸੁਬਹਾ ਸੁਬਹਾ ਮੋਰਨਿੰਗ ਮੋਰਨਿੰਗ ਪੀਪਲ ਆਰ ਨਸਿੰਗ ਔਨ ਦਿਸ ਟ੍ਰੈਕ। ਯੇ ਦੁਬਈ, ਯੇ ਦੁਬਈ। ਓ ਮਾਈ ਗੋਡ, ਮੇਰਾ ਦਿਲ ਕਰ ਰਿਹਾ। ਸਭ ਤੋਂ ਮਹਿੰਗਾ ਮਹਿੰਗਾ ਇਲਾਕਾ ਇਹੀ ਹੈ ਪਾਮ ਜੁਮੇਰਾ। ਬਹੁਤ ਮਹਿੰਗਾ ਇਲਾਕਾ ਹੀ ਹੈ, ਤੇਰੀ ਸੋਚ। ਯਾਨੀ ਕਿ ਕੁਝ ਕਹਿੰਦੇ ਨੇ ਕਿ ਵਨ ਆਫ ਦਾ ਐਕਸਪੈਂਸਿਵ ਲੈਂਡ ਔਨ ਅਰਥ, ਦੁਨੀਆ ਦੇ ਸਭ ਤੋਂ ਮਹਿੰਗੀ ਜਿਹੜੀ ਹੈ ਜ਼ਮੀਨ ਹੈ। ਬਿਲਕੁਲ ਬਿਲਕੁਲ, ਇੱਕ ਇਹਦੇ ਨਾਲ ਹੀ ਇੱਕ ਹੋਟਲ ਵੀ ਹੁੰਦਾ 7 ਸਟਾਰ, ਉਹਦਾ ਨਾਂ ਹੈ, ਕੀ ਨਾਂ ਹੈ, ਹਾਂ ਬੁਰਜੁਲ ਅਰਬ ਰਾਜਾ ਸਾਹਿਬ। ਉਹਦੇ 3 ਫਲੋਰ ਸਮੁੰਦਰ ਦੇ ਅੰਦਰ ਨੇ, ਉਹਦੇ 3 ਫਲੋਰ, ਯਾਨੀ ਕਿ ਉਹਦੇ ਤੁਸੀਂ ਕਾਫੀ ਪੀਣ ਜਾਓਗੇ ਨਾ ਤੁਹਾਨੂੰ ਉਹ ਪੇਗੀ $1200 ਦੀ, ਸਿਰਫ ਇੱਕ ਕਾਫੀ ਦਾ ਕੱਪ,
ਸਮੁੰਦਰ ਦੇ ਅੰਦਰ ਦਾ, ਤੁਸੀਂ ਮੱਛੀਆਂ ਦੇ ਵਿੱਚ ਬਹਿ ਕੇ ਤੁਸੀਂ ਕਾਫੀ ਪੀ ਰਹੇ ਹੋ, ਚਸਕੇ ਨੇ ਨਾ ਝਾੜ ਲਓ ਜਿੰਨੇ ਝਾੜ ਦੇ ਅਸ ਪਾਗਲ ਨਾ 1200 ਯੂਰੋ ਸੇ ਮੱਛੀਆਂ ਜਸਾ ਉਨ ਕਾ ਕਾਫੀ ਦਾ ਕੱਪ ਫੜ ਕੇ ਤੇ ਫੇ ਵਿੱਚ ਸਮੁੰਦਰ ਦੇ ਖਲੋ ਕੇ ਪੀ ਲਸਾ ਵੇ ਅੱਲਾ ਦੇ ਬੰਦਿਆ, ਸਾਕੀ ਸਾਕੀ ਕੋਲੋਂ ਪੁੱਛ ਜਿੰਨੇ ਕਮਾਏ ਨੇ ਉਹਨਾਂ ਕਿਵੇਂ ਲਾਏ ਨੇ। ਸਾਡੇ ਕੋਲ ਇੱਕ ਅਰਬੀਆਂ ਦਾ ਹੋਟਲ ਹੈ ਫਰਾਂਸ ਵਿੱਚ। ਅੱਛਾ, ਉਹਦੇ ਟਾਇਲਟ ਤੱਕ ਸੋਨੇ ਦੇ ਬਣੇ ਹੋਏ ਨੇ। ਓਏ ਇੱਕ ਨਾਈਟ ਦਾ $2,00,000 ਹੈ ਇੱਕ ਨਾਈਟ ਦਾ। ਓਏ ਹੋਏ 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 ਹੋਏ, ਮਲਕ ਤੂੰ ਤੇ ਚੁੰਮ ਚੁੰਮ ਮਾਰ, ਤੂੰ ਤੇ ਉੱਥੇ ਟਾਇਲਟ ਕਰੇ ਹੀ ਨਾ, ਤੂੰ ਤਾਂ ਚੁੰਮਣ ਲੱਗ ਪਏ। ਨਹੀਂ ਮੈਂ ਚੁੰਮਣ ਸਕਿਓ, ਮੈਂ ਖੋ ਕੇ ਮਲ ਵੈ ਸਕੇ। ਅੱਛਾ, ਮੱਛਲੀਆਂ ਜਿਹੜੀਆਂ ਉੱਥੇ ਤੁਸੀਂ ਗੁਰਗਿਲ ਅਰਬ 'ਚ ਦੇਖਣੀਆਂ ਨੇ ਨਾ, ਇਸ ਤੋਂ ਸਸਤੇ ਦੇ ਵਿੱਚ ਨਾ ਤੁਸੀਂ ਸਿੱਧਾ ਜਾਓ ਥਾਈਲੈਂਡ, ਅਤੇ ਉੱਥੇ ਤੁਹਾਨੂੰ ਥਾਈਲੈਂਡ ਜਿਹੜਾ ਨਾ ਪਤਾਇਆ ਬੀਚ 'ਤੇ ਜਾਂ ਕੋਸਾਮਈ ਤੁਸੀਂ ਸਮੁੰਦਰ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੇ ਨੇ ਕੋਸਟਿਊਮ ਪਵਾ ਕੇ ਨਾ ਥੱਲੇ, ਤੁਸੀਂ ਲਾਈਵ ਤੱਕੋ ਸਮੁੰਦਰ ਦੇ ਵਿੱਚ ਮੱਛਲੀਆਂ ਭਾਵੇਂ ਹੱਥ 'ਚ ਫੜੋ। ਸਰ ਜੀ ਇੱਥੇ ਵੀ ਉਹ ਸੀਨ ਪੈਸੇ ਵੀ ਥੋੜ੍ਹੇ ਲੱਗਦੇ ਨੇ, ਇੱਥੇ ਵੀ ਉਹ ਸੀਨ ਪਹਾੜ ਹੈ, ਇਹ ਤਕਰੀਬਨ ਉਹ ਸਾਹਮਣੇ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਹੋਣਾ, ਉੱਧਰ ਇਹ ਸਕਾਈ ਡਾਈਵ, ਸਕਾਈ ਡਾਈਵ ਵੀ ਹੈ, ਸਕਾਈ ਡਾਈਵ ਵੀ ਕਰਵਾਉਂਦੇ ਨੇ ਆਪਣੇ, ਇੱਥੇ ਸਕਾਈ ਡਾਈਵ ਵੀ ਹੈ ਔਰ ਇੱਥੇ ਉਹ ਸੀ ਡਾਈਵ ਵੀ ਹੈ। ਤੁਸੀਂ ਯਾਨੀ ਕਿ ਉਹ ਲੈ ਕੇ ਜਾਂਦੇ ਨੇ ਬਕਾਇਦਾ ਥੱਲੇ ਇੱਕ ਮਹਦੂਦ ਹੱਦ ਤੱਕ, ਇਹ ਏਰੀਆ ਸਾਰਾ ਯਾਚ ਵਾਸਤੇ ਯਾਨੀ ਕਿ ਬਣਾਇਆ ਗਿਆ, ਇਹ ਪੂਰੇ ਦਾ ਪੂਰਾ ਏਰੀਆ ਤੁਸੀਂ ਉਹ ਸਾਹਮਣੇ ਇੱਕ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਰੈੱਡ ਕਲਰ ਦਾ, ਇੱਥੋਂ ਤੱਕ ਕਿਸ਼ਤੀਆਂ ਯਾਨੀ ਕਿ ਆਉਂਦੀਆਂ ਨੇ, ਇੱਥੇ ਇੱਕ ਸ਼ਿਪ ਵੀ, ਇੱਥੋਂ ਸ਼ਿਪ ਵੀ ਇੱਕ ਲੰਘਦਾ ਆ ਰਸਤੇ ਦੇ ਉੱਤੇ, ਉਹ ਮੈਂ ਯਾਨੀ ਕਿ ਇੱਥੋਂ ਬਹੁਤ ਵੱਡਾ ਸ਼ਿਪ ਯਾਨੀ ਗੁਜ਼ਰਦਾ, ਔਰ ਇਹ ਦੁਨੀਆ ਦਾ ਮਹਿੰਗਾ ਤਰੀਨ ਯਾਨੀ ਕਿ ਇਹ ਜਗ੍ਹਾ ਹੈ, ਇਹ ਸਾਹਮਣੇ ਤੁਸੀਂ ਵੇਖ ਰਹੇ ਹੋਣੇ ਹੋ, ਇਹ ਕੰਪਿੰਸਕੀ ਰੈਜ਼ੀਡੈਂਸੀ ਵਿਲਾ ਹੈ, ਇਹਦੇ ਜਿਹੜੇ ਦੋ ਦੋ ਫਲੋਰ ਦੇ ਵਿਲਾ ਇਹ ਬਣਾਏ ਗਏ ਨੇ, ਉੱਤੇ ਜਿਹੜਾ ਨਾ ਅਪਾਰਟਮੈਂਟਸ ਵੀ ਨੇ। ਚਸਾ ਨੇ ਇੱਥੇ ਉਹ ਆਇਆ ਜੇ ਟਰੁੱਥ ਸੀਕਰ, ਇਹਨੂੰ ਮੈਂ ਲੱਭਦਾ ਪਿਆ, ਇਹਨੂੰ ਇਸ ਬੰਦੇ ਨੂੰ ਯਾਰ ਉੱਤੇ ਤੇ ਲਵੋ। ਦੱਸੋ ਕਿ ਇੱਥੇ ਮੈਡੀਕਲ ਫ੍ਰੀ ਹੈ, ਮੈਡੀਕਲ ਇੰਸ਼ੋਰੈਂਸ ਹੈ। ਆਪਰੇਸ਼ਨ ਇਹ ਸੀ ਕਿ ਉਹ ਪੱਥਰੀ ਹੋ ਗਈ ਸੀ, ਵੱਡਾ ਆਪਰੇਸ਼ਨ ਕਰਾਇਆ ਸੀ, ਮੇਰੇ ਨਾਲ ਮੁੰਡਾ ਹੋਇਆ। ਹਾਂ ਇਹ ਥੱਲੇ ਬੈਠਾ, ਕੋਈ ਸ਼ਾਇਦ ਨਿਕਲੀ ਹੈ ਨਾ। ਹਾਂ ਇਹ ਥੱਲੇ ਬੈਠਾ ਮਲਕ ਇਮਰਾਨ। ਇਹ ਮਲਕ ਸਾਹਿਬ ਮੈਂ ਇਹਨੂੰ ਐਵੇਂ ਨਹੀਂ ਆਂਦਾ ਮਸੀਲੇ ਚ ਹੀ ਮਾਂ, ਫਿਰ ਜੂਰੀਅਤ ਕਿੱਥੋਂ ਕਰਵਾਈ ਸੀ ਤੁਸੀਂ ਨਜੋ ਸਾਹਿਬ? ਨਾ ਨਾ ਸਾਕੀ ਬੈਠਾ, ਗੱਲ ਗਲਤ ਹੋ ਜਾਣੀ ਤੇ ਉਹ ਮੈਂ ਮਲਕ ਸਾਹਿਬ ਪੋਸ਼ੇ ਤਕਾਓ। ਨਹੀਂ ਨਹੀਂ ਲੈਂਬਰਗਿਨੀ ਖਲੋਤੀ ਹੈ ਬਸ, ਲੈਂਬਰਗਿਨੀ ਦੀ ਚਾਹ, ਲੈਂਬਰਗਿਨੀ ਮੈਂ ਖਲੋਤੀ। ਹਾਂ ਜਾਂ ਉਹ BM ਖਲੋਤੀ ਹੈ, ਰੋਲਸ ਖਲੋਤੀ ਹੈ, ਪੋਰਸ਼ ਆ। ਦਿਸ ਇਜ਼ ਦੁਬਈ ਬ੍ਰੋ, ਯੇ ਹਬੀਬੀ, ਮਨੀ ਕਾਨ ਬਾਏ ਹੈਪੀਨੈਸ, ਕਮ ਟੂ ਦੁਬਈ, ਕਮ ਟੂ ਦੁਬਈ, ਕਮ ਹਾਈ ਵਾ।
ਹਾਏ ਗੰਦੀਆਂ ਹੋਈਆਂ ਪਈਆਂ ਨੇ ਗੱਡੀਆਂ ਵੀ।